ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਮਾਲਾ ਸਿੰਘ ਕੁੱਸਾ ਦੀ ਪੇਸ਼ਕਸ਼ ਭਗਤ ਚੰਦਰ ਹਾਂਸ। ਇੱਕ ਬਾਰ ਜਵਾਨ ਚੋਂ ਰਾਮ ਕਹਿਣਾ ਮਨਾ ਸੰਕੜੇ ਪਾਪਾਂ ਦਾ ਨਾਸ ਹੋਵੇ ਜਿਹੜੀ ਚਿੱਤ ਚਾਹੇ ਸੋਈ ਖੇਲਬਾਜੀ ਹੱਥ ਰਾਮ ਦੇ ਨਾਮ ਦੀ ਤਾਸ਼ ਹੋਵੇ ਮੁਰਸ਼ਦ ਨਾਲ ਪ੍ਰੇਮ ਦੀ ਤਾਰ ਖੜਕੇ ਫਿਰ ਦੱਸ ਕਿਉਂ ਚਿੱਤ ਉਦਾਸ ਹੋਵੇ ਐ ਮਨ ਸਤ ਸੰਗ ਮੇ ਰੰਗ ਲੈ ਤੂੰ ਤੇਰਾ ਅੰਤ ਵੈਕੁੰਠ ਮੇ ਬਾਸ ਹੋਵੇ। ਹੁਣ ਅਸੀਂ ਤੁਹਾਡੇ ਸਾਹਮਣੇ ਭਗਤ ਚੰਦਰਹਾਸ ਦਾ ਪ੍ਰਸੰਗ ਆਪ ਜੀ ਦੇ ਸਨਮੁਖ ਰੱਖਣ ਜਾ ਰਹੇ ਹਾਂ। ਕਿਰਪਾ ਕਰੋ, ਮਿਹਰ ਭਰਿਆ ਹੱਥ ਸਿਰ ਤੇ ਉੱਤੇ ਰੱਖੋ, ਸਰਵਣ ਕਰੋ। ਇਹ ਪ੍ਰਸੰਗ ਭਗਵਾਨ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਮਹਾਭਾਰਤ ਦੀ ਜੰਗ ਹੋਈ, 18 ਕਸ਼ੌਣੀਆਂ ਸੈਨਾ ਖਤਮ ਹੋ ਗਈਆਂ, ਜਨ ਜੀਵਨ ਮ੍ਰਿਤੂ ਹੋ ਗਿਆ। ਕ੍ਰਿਸ਼ਨ ਭਗਵਾਨ ਪੰਜੇ ਪਾਂਡਵਾਂ ਦੇ ਸਾਥ ਹਸਤਨਾਪੁਰ ਪਹੁੰਚੇ। ਹਸਤਨਾਪੁਰ ਆ ਕੇ ਕਹਿਣ ਲੱਗੇ, ਪਾਂਡਵੋ, ਕੁਰਕਸ਼ੇਤਰ ਦੀ ਧਰਤੀ ਦੇ ਉੱਤੇ ਆਪਾਂ ਤੋਂ ਜਨ ਜੀਵਨ ਮੌਤ ਦੇ ਘਾਟ ਉਤਾਰੇ ਗਏ, ਉਹਨਾਂ ਜੀਵਾਂ ਦੀ ਮਨ ਦੀ ਸ਼ਾਂਤੀ ਦੀ ਖਾਤਰ ਆਪਾਂ ਨੂੰ ਇੱਕ ਅਸ਼ਮੇਧ ਜੱਗ ਰਚਣਾ ਪਊਗਾ। ਅਸ਼ਮੇਧ ਜੱਗ ਦੀ ਤਿਆਰੀ ਕੀਤੀ ਗਈ। ਅਸ਼ਮੇਧ ਜੱਗ ਨੂੰ ਸੰਪੂਰਨ ਕਰਨ ਤੇ ਇੱਕ ਸ਼ਿਆਮ ਕਰਨ ਘੋੜਾ ਛੱਡਿਆ ਗਿਆ, ਜਿਹਦੇ ਮੱਥੇ ਦੇ ਉੱਤੇ ਲਿਖ ਕੇ ਕਪਟਾ ਲਾਇਆ, ਜਿਹੜਾ ਇਸ ਘੋੜੇ ਨੂੰ ਫੜੂ ਉਹ ਪਾਂਡਵਾਂ ਦੇ ਅਰਜਨ ਨਾਲ ਯੁੱਧ ਕਰੂ। ਘੋੜੇ ਤੇ ਫੱਟਾ ਲਿਖ ਕੇ ਲਾਤਾ, ਘੋੜਾ ਜੀ ਚੀਨ, ਜਪਾਨ, ਅਮਰੀਕਾ, ਅਫਰੀਕਾ ਹੁੰਦਾ ਹੋਇਆ ਕਿੱਥੇ ਪਹੁੰਚਿਆ? ਕੁੰਤਲਪੁਰ ਸ਼ਹਿਰ ਚ। ਕੁੰਤਲਪੁਰ ਦਾ ਰਾਜ ਕੌਣ ਕਰਦਾ? ਚੰਦਰਹਾਸ। ਬਾਗ ਦੇ ਵਿੱਚ ਘੋੜਾ ਗਿਆ, ਘੋੜਾ ਫੜ ਕੇ ਮਾਲੀ ਨੇ ਇੱਕ ਬ੍ਰਿਕਸ਼ ਦੇ ਨਾਲ ਬੰਨ ਕੇ ਦੋਵੇਂ ਹੱਥ ਜੋੜੇ ਰਾਜਕੁਮਾਰ ਦੇ ਅੱਗੇ ਪ੍ਰਾਰਥਨਾ ਕੀਤੀ, ਮਹਾਰਾਜ ਇੱਕ ਐਸਾ ਸੁੰਦਰ ਘੋੜਾ ਆਪਣੇ ਬਾਗ ਦੇ ਵਿੱਚ ਆਇਆ, ਹੋ ਸਕਦਾ ਉਹ ਦੇਵਤਿਆਂ ਦੇ ਰਾਜੇ ਇੰਦਰ ਕੋਲੇ ਵੀ ਉਹੋ ਜਿਹਾ ਘੋੜਾ ਨਾ ਹੋਵੇ। ਚੰਦਰਹਾਸ ਨੇ ਆਗਿਆ ਦਿੱਤੀ, ਘੋੜੇ ਨੂੰ ਫੜ ਕੇ ਤਵੇਲੇ ਦੇ ਵਿੱਚ ਬੰਨ ਲੋ। ਪਰ ਜਦੋਂ ਘੋੜੇ ਨੂੰ ਫੜਨ ਦੀ ਖਾਤਰ ਮਾਲੀ ਗਿਆ, ਕੀ ਹੋਇਆ? ਅਰਜਨ ਰਖਵਾਲੀ ਕਰ ਰਿਹਾ ਘੋੜੇ ਦੀ, ਧਨੁਸ਼ ਤੇ ਤੀਰ ਹੈ, ਪਿੱਛੇ ਸੈਨ ਹੈ। ਦੇਖ ਕੇ ਮਾਲੀ ਨੂੰ ਘੋੜਾ ਖੋਲਣ ਵੇਲੇ ਅਰਜਨ ਨੇ ਲਲਕਾਰਾ ਮਾਰਿਆ, ਤੂੰ ਕੌਣ ਹੈ? ਇਹਦੇ ਮੱਥੇ ਤੇ ਲਿਖ ਕੇ ਲਾਇਆ ਹੋਇਆ, ਜਿਹੜਾ ਇਸ ਘੋੜੇ ਨੂੰ ਫੜੂ ਉਹ ਪਾਂਡਵਾਂ ਦੇ ਅਰਜਨ ਨਾਲ ਯੁੱਧ ਕਰੂ, ਆਪਣੇ ਰਾਜਕੁਮਾਰ ਨੂੰ ਜਾ ਕੇ ਸੁਨੇਹਾ ਲਾ ਦੇ, ਉਹ ਸੁਭਾ ਸਾਰ ਮੇਰੇ ਨਾਲ ਜੰਗ ਕਰੇ। ਚੰਦਰਹਾਸ ਵੀ ਕ੍ਰਿਸ਼ਨ ਭਗਤ ਸੀ, ਅਰਜਨ ਵੀ ਕ੍ਰਿਸ਼ਨ ਭਗਤ ਸੀ। ਦੋਨਾਂ ਕ੍ਰਿਸ਼ਨ ਭਗਤਾਂ ਦੇ ਵਿਚਕਾਰ ਜਦੋਂ ਸੁਭਾ ਨੂੰ ਜੰਗ ਹੋਣ ਦਾ ਐਲਾਨ ਹੋ ਗਿਆ, ਦੇਵਤਿਆਂ ਦੇ ਰਾਜੇ ਇੰਦਰ ਨੇ ਦੇਵ ਰਿਸ਼ੀ ਨਾਰਦ ਨੂੰ ਆਖਿਆ, ਨਾਰਦ ਜੀ ਤੁਸੀਂ ਜਾ ਕੇ ਅਰਜਨ ਨੂੰ ਸਮਝਾਓ। ਅਰਜਨ ਦੇ ਵਿਚਕਾਰ ਨਾਰਦ ਮੁਨ ਆ ਗਿਆ, ਅਰਜਨ ਕਿਹਦੇ ਨਾਲ ਯੁੱਧ ਕਰੇਗਾ ਬਾਈ? ਕੁੰਤਲਪੁਰ ਸ਼ਹਿਰ ਦਾ ਜੋ ਰਾਜਾ ਹੈ, ਨਹੀਂ ਉਹ ਵੀ ਕ੍ਰਿਸ਼ਨ ਭਗਤ ਹੈ, ਤੂੰ ਵੀ ਕ੍ਰਿਸ਼ਨ ਭਗਤ ਹੈ। ਕਹਿੰਦੇ ਕ੍ਰਿਸ਼ਨ ਭਗਵਾਨ ਨੂੰ ਅਰਜਨ ਨਾਰਦ ਜੀ ਨੂੰ ਅਰਜਨ ਕਹਿਣ ਲੱਗਿਆ, ਭਗਵਾਨ ਮੇਰੇ ਅੰਗ ਸੰਗ ਰਹਿੰਦੇ ਨੇ। ਨਾਰਦ ਕਹਿਣ ਲੱਗੇ, ਦੇਵ ਰਿਸ਼ੀ ਜਿਹਦੇ ਨਾਲ ਤਾਂ ਸੁਭਾ ਜੰਗ ਕਰਨਾ, ਭਗਵਾਨ ਉਹਦੀ ਤੀਰ ਦੀ ਅਣੀ ਦੇ ਉੱਤੇ ਬੈਠਣਾ ਪੈਂਦਾ, ਤੂੰ ਜੰਗ ਕਰੇਗਾ? ਦੋਵੇਂ ਹੱਥ ਜੋੜ ਕੇ ਅਰਜਨ ਦੇਵ ਰਿਸ਼ੀ ਨਾਰਦ ਨੂੰ ਕਹਿਣ ਲੱਗਿਆ, ਮੈਨੂੰ ਉਸ ਬਾਲਕ ਦੀ ਕਥਾ ਸੁਣਾ ਦੋ। ਨਾਰਦ ਚੰਦਰਹਾਸ ਦੀ ਕਥਾ ਸੁਣਾ ਰਹੇ ਨੇ ਅਰਜਨ ਨੂੰ। ਉਧਰ ਵੈਸ਼ਨ ਪੈਨ ਰਿਸ਼ੀ ਜਨਮੇਜੇ ਨੂੰ ਕਥਾ ਸੁਣਾ ਰਹੇ ਸੀ। ਨਾਰਦ ਮੁਨ ਕੀ ਕਹਿੰਦੇ? ਕਹਿੰਦੇ ਕੇਰਲਾ ਦੇਸ਼ ਦਾ ਇੱਕ ਰਾਜਾ ਹੋਇਆ ਸੁਧਾਰਮਿਕ, ਜਦੋਂ ਪਾਂਡਵ ਪੁੱਤਰ ਉਸਦੇ ਪੁੱਤਰ ਪੈਦਾ ਹੋਇਆ, ਰਾਜੇ ਦੇ ਕਰਮਹਾਰੀ ਦੇ ਗਏ,
किसी गुआंढी देश के राजे ने आके जंग की चढ़ाई करती। जंग दे विच राजा सुधार्मिक मारा गया, ओदी राणी राजे दे नाल सती हो गई, उस पुत्र नूं दाई दी झोली दे विच पाता। ए माता, आ मेरे पुत्र दी परवस्त तय करनी है। भावी होण हार ने राजे सुधार्मिक दे परिवार दे उत्ते आके ऐसा गोला सिटिया, और लेखक ने लिखे कहिंदे मिट दे नहीं भाणे भावी होण हार दे हे ਇਹੋ ਪੇਸ਼ ਹੈ। ਹੋ ਰਾਜਾ ਰਾਣੀ ਗਏ ਸਵਰਗ ਸਧਾਰਨੇ, ਚਿੱਤ ਵਿੱਚ ਦਾਈ ਲੱਗ ਗਈ ਵਿਚਾਰਨੇ, ਚਿੱਤ ਵਿੱਚ ਦਾਈ ਲੱਗ ਗਈ ਵਿਚਾਰਨੇ। ਲੱਗਦਾ ਨੀ ਭੇਦ ਰੰਗ ਕਰਤਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ। ਉਹ ਕੀਦਾਰ ਜਮ ਜਗ ਦਿਨ ਕੱਟ ਲਾ, ਹੋਵੇ ਜੇ ਉਡਾਰ ਜਗੋ ਨੇ ਕੀ ਖੱਟ ਲਾ, ਹੋਵੇ ਜੇ ਉਡਾਰ ਜਗੋ ਨੇ ਕੀ ਖੱਟ ਲਾ। ਛੁਪ ਜੂ ਕਹਾਣੀ ਵਿੱਚ ਸੰਸਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ। ਉਹ ਸ਼ਾਹੀ ਫਰਮਾਨ ਹੁਕਮ ਨਰੇਸ਼ ਦਾ, ਹੁਕਮ ਨਰੇਸ਼ ਦਾ, ਹੋਣੀ ਕੱਢ ਚੱਲੀ ਖੁੱਡ ਪੱਟੀ ਮੇਸ ਦਾ, ਖੁੱਡ ਪੱਟੀ ਮੇਸ ਦਾ। ਬਿਸਰੇ ਮਹਿਲ ਪਲੰਗ ਮਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ। ਉਹ ਬਾਲਕਾ ਉਠਾ ਕੇ ਛਾਤੀ ਨਾਲ ਲਾ ਲਿਆ, ਬਾਲਕਾ ਉਠਾ ਕੇ ਛਾਤੀ ਨਾਲ ਲਾ ਲਿਆ, ਨਦੀ ਰੂਪੀ ਮਮਤਾ ਨੇ ਰੋੜ ਪਾ ਲਿਆ, ਨਦੀ ਰੂਪੀ ਮਮਤਾ ਨੇ ਰੋੜ ਪਾ ਲਿਆ। ਧਰ ਦੀ ਕਦਮ ਅੰਦਰ ਬਾਜ਼ਾਰ ਦੇ, ਧਰ ਦੀ ਕਦਮ ਅੰਦਰ ਬਾਜ਼ਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ। ਉਹ ਬੱਚੇ ਤੋਂ ਕਾਸ਼ਟ ਜਾਂਦਾ ਨਾ ਸਹਾਰਿਆ, ਧਰਤੀ ਦੇ ਨਾਲ ਪਟਕਾ ਕੇ ਮਾਰਿਆ, ਧਰਤੀ ਦੇ ਨਾਲ ਪਟਕਾ ਕੇ ਮਾਰਿਆ। ਭਾਵੀ ਨੇ ਭਲਾ ਤੇ ਹੋਸ਼ ਅਵਤਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ। ਉਹ ਬਾਲਕੀ ਨੂੰ ਪਾਲਣਾ ਮਹਾਲ ਹੋ ਗਿਆ, ਬਾਲਕੀ ਨੂੰ ਪਾਲਣਾ ਮਹਾਲ ਹੋ ਗਿਆ, ਕਰੇ ਮਜ਼ਦੂਰੀ ਇੱਕ ਸਾਲ ਹੋ ਗਿਆ, ਕਰੇ ਮਜ਼ਦੂਰੀ ਇੱਕ ਸਾਲ ਹੋ ਗਿਆ। ਜੇ ਲੂਣ ਖਾਦਾ ਕਰ ਸਰਕਾਰ ਦੇ, ਦੇਵੇ ਲੂਣ ਖਾਦਾ ਕਰ ਸਰਕਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ। ਉਹ ਕਦੇ ਚੱਕੇ ਟੋਕਰੀ ਗੋਹੇ ਵੀ ਪਾਰ ਕੇ, ਕਦੇ ਚੱਕੇ ਟੋਕਰੀ ਗੋਹੇ ਵੀ ਪਾਰ ਕੇ, ਕਦੇ ਭਾਂਡੇ ਮਾਂਜੇ ਆਵੇ ਪੀਣਾ ਕਰਕੇ, ਉਹ ਕਦੇ ਭਾਂਡੇ ਮਾਂਜੇ ਆਵੇ ਪੀਣਾ ਕਰਕੇ। ਯਾਦ ਆਉਂਦੇ ਖਾਣੇ ਛੱਤੀ ਪਰ ਕਰ ਦੇ, ਛੱਤੀ ਪਰ ਕਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਪਾਵੀ ਹੁਣ ਹਾਰ ਦੇ। ਉਹ ਆਪ ਪੈਂਦੀ ਪੂੰਜ ਛਾਤੀ ਉੱਤੇ ਬਾਲਕਾ, ਪੈਂਦੀ ਪੂੰਜ ਛਾਤੀ ਉੱਤੇ ਬਾਲਕਾ, ਕੀਤਾ ਮਨਜ਼ੂਰ ਤੇਰਾ ਪਾਣਾ ਮਾਲਕਾ, ਹੋਇਆ ਮਨਜ਼ੂਰ ਤੇਰਾ ਪਾਣਾ ਮਾਲਕਾ। ਮਦਨ ਲਾਲ ਕਿਸ਼ਤੀ ਵਿਚਾਲੇ ਤਾਰ ਦੇ, ਮਦਨ ਲਾਲ ਕਿਸ਼ਤੀ ਵਿਚਾਲੇ ਤਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ, ਮਿਟਦੇ ਨੀ ਪਾਣੇ ਪਾਵੀ ਹੁਣ ਹਾਰ ਦੇ। ਦੇਵ ਰਿਸ਼ੀ ਨਾਰਦ ਕਹਿੰਦੇ ਅਰਜਨ ਨੂੰ, ਅਰਜਨ ਉਸ ਬੱਚੇ ਦੇ ਉੱਤੇ ਵੀ ਭਾਵੀ ਆ ਕੇ ਅਸਵਾਰ ਹੋ ਗਈ। ਰਾਜਾ ਮਾਰਿਆ ਗਿਆ ਜੰਗ ਚ, ਰਾਣੀ ਹੋ ਗਈ ਪਤੀ ਦੇ ਨਾਲ ਸਤੀ, ਬੱਚਾ ਦਾਈ ਦੀ ਝੋਲੀ ਦੇ ਵਿੱਚ ਪਾਤਾ। ਅਮਾਨਤ ਸੰਭਾਤੀ, ਲੈ ਭੈਣੇ ਆ ਮੇਰੇ ਪੁੱਤਰ ਦੀ ਪਾਲਣਾ ਤੈਂ ਕਰਨੀ ਹੈ। ਦਾਈ ਨੇ ਬੱਚੇ ਨੂੰ ਚੁੱਕਿਆ, ਛਾਤੀ ਨਾਲ ਲਾਇਆ, ਪਿਆਰ ਕੀਤਾ, ਮੁੱਖ ਚੁੰਮਿਆ, ਕੀ ਕਿਹਾ? ਮੈਂ ਤੇਰੀ ਮਾਤਾ ਦੀ ਸੰਭਾਈ ਹੋਈ ਅਮਾਨਤ ਨੂੰ ਆਪਣਾ ਸਿਰ ਦੇ ਕੇ ਵੀ ਪਾਲ ਦੂੰਗੀ। ਬਾਲਕੇ ਨੂੰ ਪਾਲਣਾ ਮਹਾਲ ਹੋ ਗਿਆ, ਕਰੇ ਮਜ਼ਦੂਰੀ ਇੱਕ ਸਾਲ ਹੋ ਗਿਆ। ਬਾਲਕਾ ਉਠਾਇਆ, ਚਾਲਾ ਪਾਤਾ, ਕਿੱਧਰ ਨੂੰ? ਕੁੰਤਲਪੁਰ ਸ਼ਹਿਰ ਨੂੰ। ਕੁੰਤਲਪੁਰ ਸ਼ਹਿਰ ਦੇ ਵਿੱਚ ਜਾ ਕੇ
शहर तो बाहर एक मंदिर बनया होया है जिदे विच भगवान कृष्ण की मूर्ति है। ठाकुर द्वारा है ओ दाई ने उस जगह दे उत्ते विश्राम कीता। बच्चा खेड़दा फिरदा ठाकर दी मूर्ति दे आले दुआले नचदे टपदे हसदे समा बतीत हुंदा तुरा जांदा। कदे किसे गुआंढ च किसे बच्चे दे नाल खेलदे उस तो बाद की हुंदा जदों रात हो जांदी है ठाकर द्वारे दे विच आ जांदा। माता की करदी है माता शहर दे विच जाके किसे दे भांडे मांजदी है किसे दा पीना कर दी है मजदूरी करके हक हलाल दी कमाई दे नाल उस बच्चे दी परवस्त कर दी है। कदे चक्के टोकरी गोहे दी पार के कदे पांडे मांजे आउंदी पीना करके जादे आउंदे खाने शक्ति पर कार दे मिट दे नी पानी पावी गुण हार दे मिट दे नी पानी पावी गुण हार दे। पावी बलवान है जिदे सिर दे उपर पई घरां तो बेघर करते तख्तां तो लाके फर्श दे उत्ते मारे इस बच्चे नूं राज तो लाके धरती ते पटका के मारिया ए उस भगवान दी परबल माया है। हरिचंद्र राजा राणी तारा ते रोहतास तिन्हां नूं कांशीपुरी दे विच जाके बिकना पै गया। राजा नल दमयंती जंगलां दे विच भाल करदी फिरदी है राजे नल दी बिपता दी मारी जंगलां दी रेत छान दी फिरदी है। जीते जीते भावी पई उन्हां दा बड़ा हाल करता भावी ने इस बच्चे नूं भी तख्त तो लाके फर्श ते मारिया। खेड़ रहे दाई आंढ गुआंढ दे विच मजदूरी करके रोज उस बच्चे दा पेट पाड़ रही है। की होया कुछ समा बतीत होया बच्चे दी उम्र पंजवें साल दे विच होई ओ दाई रात नूं इक दिन बीमार होगी कोई दवाई दा प्रवस्त ना होया। ढिल्ली होण ते दाई अद्धी रात दा समा उधर है अद्धी रात दा समा उधर है ओ दाई दी रब नूं प्यारी होगी बच्चा इकल्ला रह गया। रात दा समय माता मर गई छाती दे उत्ते प्या बच्चा रोंदा है कीरने पाउंदा है करलाउंदा है माता नूं बुलाउंदा मां बोलदी नहीं माता नूं हलाउंदा है मां हलदी नहीं। कैलाश पर्वत दे उत्ते शिव भोले नाथ दा शंघासन गया हल बालक दे रोने ने आकाश दे विच कीरने मोरियां करतियां। वीरां दी कविता सुनो उस बच्चे दा रोना सुन के धरती ते आकाश डोला खा गए। वीरां दी कविता है इउं आ रही है भाई शाम तेरा ना रुकदा कौन ओनू समझावे नी दुध दही डोल गया नी नित मक्खण मलाइया खावे शाम तेरा ना रुकदा हो हो रोबे बालका पठीर जावे ने तेरा चो नीर दिल तारदा ओ दिल बन दान तीर कर मां दे मारदा टुट गया सहारा बाल के बिचारदा टुट गया हो मुख नाल मुख लावे माता माता कह बुलावे रोंदा चलिया रोंदा चलिया ना जावे पाने भगवान दे डोले ही डोले खागे थम जी मिया समान दे हो डोले जी हो नाही रही राजतानी होई मात भी बेगानी माता पिता दी निशानी एक रहेगी कैम जे कट दे कटे दीना नाथ भी पिता दा टैम जे कट दे हो आल मारदा सिगड़े काल मारदा सिगड़े मौत करे खुले बेड़े अज होणगे नबेड़े लिखे भगतान दे डोले बई डोले खागे थम जी मियां समान दे हो डोले बई हो चोग मेख विच पौंदी कदे रोंदे नूं विरौंदी रुस जा माता मनौंदी माता बार बार नी जांदी वार केरे कर लै प्यार नी जांदी वार हो 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 हो
बैठी शंभू पास डोले खा गया कैलाश चले जानना बिलास बाल के नदान दे डोले वही डोले खा गए थम जी मिया समान दे हो डोले वही हो कई पहले के आना सिर मुख बिच पौन दे मदेने लोरिया बालके दरोण सीने करे मोरिया बालके हो तन बिदना दे खेला तन बिदना दे खेल किथे बालका अलेल मिले दुखा चो ना बेल मालक जहान दे डोले वी डोले खा गए थम जी मिया समान दे हो डोले वी हो कहंदे धरती अते आकाश डोला खा गए बालक दे रोने ने जिथे भी कोई ऋषि मुनि देवता बैठा सी ओदा मन हलाता ओदा सिंघासन हलाता कैलाश पर्वत दे उत्ते बैठे शिव भोले ते गौरा जदों माता गौरा ने नजर मारी की कहन लगी भोलेनाथ थोड़ा चेहरा उदास है अज व्याकुल क्यों हो रहे हो शिव जी महाराज कहंदे माता देवी मात भूमि दे उत्ते एक चंद्रहास नाम का बच्चा है जिदा माता गुजर गया पिता गुजर गया भैन भाई संबंधी कोई नहीं जेड़ी दाई दी झोली दे विच बच्चा पाया अज ओ दाई भी गुजर गई जेड़ी माता उहदे मुख दे विच चोग पाया करदी उहनू रोंदे नू वराया करदी ओ भी इस जग तों विदा हो गई मन दे विच की सोच रही सी ओ दाई नाही रही राजतानी होई मात भी बगानी माता पिता दी निशानी इक रहेगी कैम जे कटे दीनानाथ पिपता दा टैम जे जेदा वक्त लंघ जे ते चंगा है बच्चा की कहंदा है मां तू मैनू प्यारी प्यारी बोली दे नाल बुलाया कर दी की कहा कर दी जाम दे दे मुख आम दे दे पिठ नू माता खुशी हुंदी देख के बसार दुख नू प्यार साथ शक्ति से लगाउण वालिए केरा बोल दुदियां चंगाउण वालिए मां मैनू प्यारी जी बोली दे नाल एक बार बुला लै मैनू केरा ऐ कह दे ओ मेरे लाल मेरी गोदी दे विच आ जा तू की करया करदी चोग मुख विच पाउंदी कदे रोंदे नूं भरौंदी रुस जामा ता मनौंदी माता बार बार नी अज जांदी वारी केरा कर ले प्यार नी मां मैनू बुला लै तू बुलाउंदी क्यों नी मोई पईया मां बुलावे कौन ए संसार तो जो विदा हो गया ओ मुड़ के नहीं आया ए विधान है कुदरत दा बिदना दे खेल मथे दियां लिखियां तकदीरां नूं कौन मेट सकदा है आंड गुआंड दे सियाणे बजुर्ग की सोचदे ने कहंदे अगे हे माता चार बजे उठिया करदी किसे दा गोहा सड़दी किसे दे भांडे मांजदी ए मजदूरी करदी अमृत वेले उठ के ए जाया करदी रोज अज सूरज उदे हो गया माता नहीं उठी जदों कोले जाके वेख्या ना बच्चे दे रोण दी आवाज आई कन्ना च पई सियाणे बजुर्गां ने तख्ते दी चगाठ पट के एक पासे लाती अंदर प्रवेश होए जदों जाके वेख्या दाई मरी पई है ओ बुढ़ी औरत मरी पई है छाती दे उत्ते बालका रोई जांदा है बालके दे रोने ने सीने च मोरियां करतियां लोकां दे गुआंढ दियां औरतां आईयां बच्चे नूं चुक्किया छाती नाल लाया
किसे ने की आख्या ओ मेरे नाल आ तेनू दुध छकाइए। बच्चे दे मुंह नूं दुध लाया, बच्चा रोंदा रोंदा चुप कर गया, ओ बच्चा अनाथ हो गया। माता नूं चुकिया सियाने बजुर्गां ने, शमशान घाट दे विच दा संस्कार कीता, ओदा किरिया कर्म कराया, ओदे भोग दे उत्ते जिन्ना सरिया भंडारा कीता, जो तिल फुल किसे तो सरिया उन्हें लाया। शहर दी पंचायत आई, सेठ आए, कहिंदे इस बच्चे दा हुण कोई नहीं, इहदा सहारा भगवान, इस बच्चे नूं सब तो वड्डा विद्या दा दान है, इहनूं आपां किसे पाठशाला दे विच पढ़ा दिंदे आं, इहदा जिन्ना भी खर्चा हो ओह आपां शहर दे वासी करांगे। बच्चे नूं पाता पाठशाला दे विच, दाई सुरग सुधार गई, औरतां गुआंढ दियां बुला लैंदियां ने, ओ मेरे लाडले साढ़े कोल आ, कोई केस बाह दिंदी है, कोई केस बाह के सर ते टोपी दे दिंदी है। उस बच्चे दी परवास्त आंढ गुआंढ दे विच होण लगी, ओ बच्चा माता पिता तो बिना अनाथ होए नूं, आंढ गुआंढ दियां औरतां पालन पोषण दे हिसाब च हे इहो पाल रहियां ने। हो माता पिता तो बिना या नाथ होया, माता पिता तो बिना या नाथ होया करे, गलियां दे बिच नी वास बच्चा, दिने खेलदा साथियां नाल खेला, दिने खेलदा साथियां नाल खेला, राती पई तो हो जे उदास बच्चा, जदों हसदा मुख चो फुल गिरदे, जदों हसदा मुख चो फुल गिरदे, सुनदे दिलां नूं लवेता रास बच्चा, जेड़ी गली चो लंघदा चन्न चढ़दा, जेड़ी गली चो लंघदा चन्न चढ़दा, करे नेरे दे बिच प्रकाश बच्चा। होन हार बलवान हुए सजनों, जद भी किसे ते आवे, राजा कोलों भीख मंगाउंदी, भगत जनानू दूषण लावे, हम जग जिस था पे होवन, उथे रत दी नदी बगावे, मंद दशा कर दंदी ओ पागल, जेड़ी स्वर्ग नरक बनावे, कोई टोपी बनाही गे सीस तरदी, कोई टोपी बनाही गे सीस तरदी, भैजा मिंट दो ऐसा दे पास बच्चा, शंगार कर दी कोई शंगार कर दी, शंगार कर दी बाहे किसन कोई शंगार कर दी, बस्तर रेशम दे पहन ले साफ बच्चा, लंगन कोल दी गति की पंछियां दी, लंगन कोल दी गति की पंछियां दी, जदों मुख चों करे दी लास बच्चा, हो समायो सुन कदे नहीं समा दिंदा, जेड़ा समय दी कदर पछांदा नहीं, करे उसनू वाहे गुरु किवें उच्चा, जेड़ा आप उच्चा होन जानदा नहीं, तेरी टा बैठा ते हिम्मत हार बैठा, रोना डुसकना कम इंसान दा नहीं,
जेड़े पैरां दे हेठ लताड़े जांदे उन्हां तखां नूं पशु भी सियांदा नहीं। ठाकर छोटा जा मिल गया बाल के नूं, ठाकर छोटा जा मिल गया बाल के नूं, बस उसे ते रख दे आस बच्चा। मदन लाल भगवान दा याप करदा याप करदा याप करदा, मदन लाल भगवान दा याप करदा, श्री कृष्ण दा हो गया दास बच्चा, श्री कृष्ण दा हो गया दास बच्चा। ओ बच्चा माता पिता तो बिना अनाथ हो गया, अनाथ होया बच्चा, सिर दे उत्तों माता पिता दी छाया उठ गई, गली गली फिरदे, एक दे करे चला जांदे, दूजे दे निकलिया आउंदे, ओ गलियां दे विच तुरिया फिरदे। आंढ गुआंढ दीआं औरतां की कहिंदीआं ने, मेरे नाल जे किसे चीज दी इच्छा होवे साडे घरों आके लै जी, दूर नेड़े ना जाई। कोई केसा नूं बांधदी है, कोई शंगार लाउंदी है, कोई रेशम दे वस्त्र पा दिंदी है, पर लंघन कोल दी गति की पंछी आंदी जदों मुख से कहे बलास बच्चा, कोयल वर्गी मिठी आवाज उस बच्चे दी, हरी दा प्यारा कृष्ण दा भगत छोटा जा बच्चा ठाकर कोले है, ठाकर तो बिना होर कोई गल नहीं कर रहा, मिठे मिठे ऐसे बोल बोल रहे, पंछी जांदे उपर भी रुक जांदे ने, बालक दे उपर छाया कर देंदे ने, पर ठाकर ठाकर करदा ओ बच्चा विश्वास हो गया ठाकर ते। किसे शायर ने लिखिया कहिंदे अगर दिल ना माने तो राम कोई हकीकत नहीं, अगर दिल मान जाए तो पत्थर भी राम होता है, जिसके दिल अंदर कोई भी प्रेम की भावना नहीं उन्हें की कहंदे ने कसाई, दया बिन सिद्ध कसाई। किसी होर शहर ने लिखे कहंदे दया धर्म का मूल है, पाप मूल अभिमान, किसे दे अंदर मैल नहीं, राम दे प्यारे ने सब उस बच्चे दी प्रवस्त कर रहे ने। एक दिन की होया, कुंतलपुर शहर दा राजा, राजे दे नाते जिहड़ा शहर बजा होया कुंतलपुर, ओदे इक लड़की ही है पुत्र नहीं, ओदा वजीर है त्रिष्ट बुद्धि, मन दे विच मैल है, कपट है, आत्मा पाप दी भरी हुई है। राजा कुंतल कहना मैं दर्द हो गया, मेरे इस जगत तो चले जान तो बाद वजीर साहब ए राज तेरा। पर वजीर दे मन च की आया, एदे इकलौती लड़की है, जेड़ा राजकुमार इस लड़की नूं भरू ओ इस राज दा मार्क भी बनूंगा, जे होवे ना तां मैं ऋषियां नूं बुलावां, ब्राह्मणां नूं बुलावां, भंडारा करा, उन्हां तों आशीर्वाद लवां, इस राज दा मालक मैं बना। ऋषि जनां नूं सद्दे दित्ते, ब्राह्मण बुलाए गए, भंडारा शुरू हो गया। ओ अनाथ बच्चा भी फिरदा फिरदा संतां दे संग रल के उस भंडारे दे अंदर प्रवेश हो गया। पंक्तां लगियां, ब्राह्मणां दीआं पंक्तां लगियां, भोजन दी हरी हर होई, भोजन छकाउण लग गए, भोजन छक के ब्राह्मण संत महात्मा जदों आनंद हो गए, राजा ते त्रिष्ट बुद्धि वजीर दान दक्षिणा देण आए, दक्षिणा दिंदे तुरे आउंदे ने, कहिंदे जदों उस बच्चे दे कोले पहुंचे, बच्चे ने हथ पिछे कीता, उहनूं कदाई माने शब्द कहा सी, ऐ मेरे पुत्र तुसी क्षत्री हो, तुसी दक्षिणा नहीं लेनी, दक्षिणा लेना कर्म, दान लेना कर्म ब्राह्मणा दा है। उस बच्चे ने हथ पिछे करया,
त्रिष्ट बुद्धि वजीर कहना बालक तू मेरे भंडारे दे विच मेरे यज्ञ दे विच भंगड़ा पाउणा तू दक्षिणा क्यों नहीं लैंदा। बच्चा कहना मैं क्षत्री हाँ मेरी दाई माँ ने कहा सी ए बच्चा तां त्रिष्ट बुद्धि ने सोचा तां गलियां दे विच अनाथ तुरै फिरदा उही बच्चा है। घबरा के उस बच्चे ने थप्पड़ मारिया त्रिष्ट बुद्धि वजीर ने ऋषियां दी नेत्रां दी जोत गई त्रिष्ट बुद्धि ते इस वजीर ने निन्ने मुन्ने बालक दे थप्पड़ मारिया पर जदों बालक दे मस्तक वल वेख्या आहा ऋषि कहण लगे भगवान धन है तू तेरी लीला अपरा पार है इस राज दा मालक बनन वाला बच्चा गलियां दे विच अनाथ फिरदा तू धन है। ए सोच के ऋषियां ने वचन कीते त्रिष्ट बुद्धि नूं ए त्रिष्ट बुद्धि जेड़े बच्चे दे ते थप्पड़ मारे जदों इस दी उम्र 16 साल दी होगी ए कुंतलपुर शहर दा राजा बनू तेरा जवाई बनू तेरी लड़की नूं भरू एदी घरे जाके सेवा कर ले। त्रिष्ट बुद्धि वजीर ने ताड़ी पाती ऋषि जन की कह रहे ने उल्टा मेरे डंग मार देने भंडारा मैं कीता आशीर्वाद मैनू देना सी देई जांदे ने इस बच्चे नू ऋषियो एदी लीला तां मैं समाप्त होने कर देना। पर ऋषि घबरा के बोले ऐ वजीर साहब असी ओह ऋषि हां जिन्हां ने 2.5 चूड़ियां दे विच समुंदर पी लिया असी ओह ऋषियां दी अंश हां जिन्हां ने 56 करोड़ जादव आपस दे विच कटवा के मारता असी ओह ऋषि हां जिन्हां ने राजे सागर दा 60,000 पुत्र नेत्रां दी जोत दे नाल खत्म करता। संत बचन पलटे नहीं पलट जाए ब्रह्मंड आ तीन चीजां तैनूं कहियां ने गल्लां इन्हां चों इक भी मिथ्या कर दी। एक ऋषि त्रिष्ट बुद्धि नूं मोड़ के बयान है इउं कर रहे हन ओ फड़ बच्चे दा हाथ ऋषि जी कहन वजीर नूं रखी याद हमेशा असां दी कही नजीर नूं जो वर्मा ने लिखती ओ ना कदे तरू बच्चा साल 16 में कुंतलपुर दा राज करू बच्चा जिसनू कहे अनाथ चढ़ूगा पाग नसीब दा सुखी बसू सब पर जा बाली गऊ गरीब दा 11 साल बताया सिर ते ताज तरू बच्चा साल 16 में कुंतलपुर दा राज करू बच्चा ओल हवन करूंगा रोज गाऊ गुण कृष्ण मुरारी दे स्यानी परन नरेश आन के दुनिया सारी दे जो वर्मा ने लिखती ओ ना कदे तरू बच्चा साल 16 में कुंतलपुर दा राज करू बच्चा लिखे आदी चलला ते बात ना साडे बसदी ऐ चढ़ू बच्चे दा भाग कर्म दी रेखा दसदी ऐ तेरा बनू जुआई लड़की आप भरू बच्चा साल 16 में कुंतलपुर दा राज करू बच्चा देवक नर ते नाग लोक ना अख उठावनगे रवि ससी शिप जान देख के नीमी पावनगे करो पालना खूब आपदा जान करू बच्चा साल 16 में कुंतलपुर दा राज करू बच्चा ओ शेर बकरे इक घाट ते लंगन गे देखी ओ लंगन गे देखी ठग चोर नी रहने माफी मंगन गे देखी मणि सत पर तू बन जू एन सरू बच्चा साल 16 में कुंतलपुर दा राज करू बच्चा जो भी तू भी दसी अगे फर्ज तुम्हारा है होया क्रोध वजीर बदन नू चढ़िया पारा है सोचे खड़ा वजीर पलाए किमें मरू बच्चा पलाए किमें मरू बच्चा साल 16 में कुंतलपुर दा राज करू बच्चा सदे कोल जवाब आखदा
हुक्म बजा देना, जंगल दे विच जाके बच्चा कतल करा देना। मदन लाल जी कहन किस तरह कष्ट भरू बच्चा, साल सोल में कुंतल पुरदा राज करू बच्चा। जदों ऋषियां ने उस बच्चे दे ललाट नूं पढ़ के मस्तक वल डिंगा मार के कहा, वजीर साहब इस बच्चे दा भाग तां इन्ना वड्डा है, जदों इस दी उम्र 16 साल दी होगी इह कुंतलपुर शहर दा राजा बनूंगा, तेरा जवाई बनूंगा, लड़की नूं आप बनूंगा। जदों इन्नियां गल्लां वजीर ने सुनिया, वजीर डामाडोल हो गया, विचार नूं लग्गिया। ऋषि जना ने आशीर्वाद इस बच्चे नूं देता, भंडारा कीता। मैं एक होर सुन, एडा धर्मात्मा राजा हो, शेर बकर एक कात ते लंघणगे देखी, ठग चोर नी रहने माफी मंगणगे देखी। शेर आवदे राह नूं ते बकरा आवदे राह नूं, तला ते पानी पी के चला जाऊ, शेर झपट नहीं मारदा, ठग चोर नहीं रहने, देव किन्नर ते नाग लोक अख नहीं अठाउणगे। इह तां रोज हमन करया करूं, भगवान कृष्ण दे गुण गाया करूं, भगवान कृष्ण दा भगत है इह। वजीर कह सोचण लग्या मन दे विच, जिन्नियां ऋषियां ने कईयां ने इन्हां दीआं करियां दे उत्ते मैं मिट्टी पा देना हुण, तुसी ऋषि राज जाओ, यह लीला तो मैं एक घंटे च समाप्त कर दू, मन दियां विचारां कर रहा त्रिष्ट बुद्धि। जलाद बुलाए, उन्हां नूं कहा, जलादो जेड़ा बच्चा कल संतां दे संग अपने भंडारे दे विच आया सी, उन्हूं भाल के रोही बियाबान च जाके कतल कर दो। नौकरां ने बच्चा भाल लिया, पेश करता त्रिष्ट बुद्धि दे, जलाद जंगल दे विच भेजे। बच्चे दे हथ कड़ियां, पैरां च बेड़ियां पाके उस नन्हे मुन्ने बच्चे नूं रोही बियाबान दे विच जलाद ले गए। जंगल दे विच जाके उस नन्हे मुन्ने बच्चे नूं जलाद कतल करदे ने। शास्त्रां दा लेख है, विधाता दी लिखी नहीं मिटदी, लिखे लेख ना टलन जरमाने, मेदनी बिशक हल जे इउं पेश है। हौला लिया ने बच्चे दे हाथ कड़िया, जंगलां दे बल जाम दे होते गा, तिखियां हथां दे विच फड़िया, जरानी तरस काम दे लगे, फड़ के जलाद डुब जाने का तो ना कुछ चल जे, लिखे लेख ना डल न जर माने, मेदनी बशक हल जे। ओ बिया बाण चल जाके देगा कटिया, करांगे कतल बच्चिया, हो इन्निया सुन के बच्चे ने लेरा छड़िया, आजा तेरी लोड़ सच्चिया। मापे लाउंदे ने छाती दे नाल न्याणे, वही मापे लाउंदे ने छाती दे नाल न्याणे, किते जोदा होण पल जे, लिखे लेख ना डल न जर माने, मेदनी बशक हल जे। अज आजा मेरे कृष्ण मुरारी, अज आजा मेरे कृष्ण मुरारी, तेरे बिना चोग मुक गई, हथी लाई जेड़ी के सर के आरी, बारिश बगैर सुक गई, तेरे बार के नाथ न माने, मेरे बार के नाथ न माने, किमे मौत बुहा मल जे, लिखे लेख ना डल न जर माने, मेदनी बशक हल जे। होर रेहा ना सहारा कोई मेरा, करा फरियाद किसनु, मां प्यो मर गए आसरा तेरा, होर करा याद किसनु,
तेरे बिना नहीं सुन चेने ताने निगा कर मेरे वाल जे हो लिखे लेख ना टल नजर माने मेदनी बशक हल जे कर देंगे जला दियो कर देंगे जला दो होने टोटे जेना ते सुने कल्याने लिखते नसीब का तो खोटे दुखा ने जो फेर मल्या तार लगता नी कहण सियाने तार बिच बेड़ा ठल जे हो लिखे लेख ना टल नजर माने मेदनी बशक हल जे याद करे प्रहलाद विचारा नर सिंह होके आ गया लाया छाती नाल बाल का प्यारा पापी देख घबरा गया तेरे नाम दे मस्त तेरे नाम दे मस्त पारा भाने किमे मौत बुहा मल जे लिखे लेख ना टल नजर माने मेदनी बशक हल जे वड्डा आखदा जलाद करो होश नू आखदा जलाद करो होश नू खोलो एदे हथ चो कड़ी एवें मार दे तो मेरे दोष नू किन्नी सोहनी सूरत कड़ी ओदो पैण ना कदे भी तिन काने हो ओदो पैण ना कदे भी तिन काने पूरी हो जा करी गल जे लिखे लेख ना टल नजर माने मेदनी बशक हल जे जिनू रख दे मार दे केड़ा हुक्म बगैर मालका खादा पत्थर दिलाने गेड़ा बज गया प्यार बालका मदन लाल दे शबद शुद गाने सेव जल गौण रल जे लिखे लेख ना टल नजर माने मेदनी बशक हल जे मेदनी बशक हल जे कहिंदे त्रिष्ट बुद्धि वजीर दे कहे तो जलादा ने उस नन्ने मुन्ने बारक दे हत्था च हथ कड़िया पैरां च बेड़िया पाके जंगल वाले नूं रस्ते तोड़ लिया। चंद्रहास पुछदा है ऐ जलादो मैतों इहो जिहा की दोष हो गया मैं तुहाडा इहो जिहा की माड़ा करता तुसीं मैनूं इस जंगल वाले ले जा रहे हो। जलादा दे भयानक स्वरूप मोटे मोटे नैन नक्शे जलाद रूप देख के चंद्रहास डामा डोल हो गया। जदों अगे रोही बियाबान चल गए जलाद कहिंदे चंद्रहास नूं ऐ बालक असी तेनू कतल करना है तैं किसे नूं याद करना कर ले तैं कुछ खाना दस कुछ पहनना है असी तेनू लिया के दे दिंदे आं। चंद्रहास कहिंदा जलादो मैनू मेरे भगवान नूं याद कर लैण दो पंज मिनट उस तो बाद तुसी अपना जो कर्म है कर लियो। कहिंदे जो ठाकर सी चंद्रहास ने मूहरे धरिया जलाद की कहिंदे कहिंदे ए की है चंद्रहास कहिंदा मेरा ठाकुर है ये मेरा भगवान है। जलाद कहिंदे इस बट्टे नूं चुक के परे सुट दे ये तां पत्थर दा बट्टा है। ओ बालक कहिंदा मेरे भगवान दी निरादरी ना तुसी करो मैं अपना शरीर दे सकदा पर इस मूर्ति नूं इस ठाकुर नूं मैं परे नहीं योदा नहीं कर सकदा इहदे बिना मेरा कुछ नहीं बनदा जिवें कहिंदे चंद तों बिना चकोर दा नहीं कुछ बनदा समा तो बिना परवाने का कुछ नहीं बनता इस तरह इस भगवान तो बिना मेरा भी कुछ नहीं बनता। जलाद कहने चंगा भी तू कर ले जो करना है भगवान की मूर्ति मूहरे टका के चंद्रहास ने दोवे हाथ जोड़े आराधना लग्या करन की कहिंदा है ऐ भगवान
तैं जुगो जुग अपने भगतां दी रखी, तैं प्रहलाद दी रखी, तैं ध्रुव वारके नूं जंगल दे विच मूल मंत्र दिता नारद ने, तेरी पदवी अटल पदवी नूं पा गया। नरसिंह रूप धार के तप दे थम दे विचों प्रगट हो गया। आ जा हुण मेरी वारी, देर क्यों लगाई है, जदों इन्नियां बेनतियां कीतियां, आराधना कीती, एक गैबी आवाज आई, जलादो इस बच्चे नूं ना मारियो। जलाद कंब गए, पत्थर दे जलाद थर थर कंबदे ने, कोई दिसदा नहीं, यह आवाज किधरों आउंदी है। दूजी वारी फिर आवाज फिर आई, जलादो इस बच्चे नूं कतल ना करियो। जलादा ने आला दुआला वेख्या, दोवे हाथ जोड़े बेनती कीती, तुसी कौन भगवान रूप हो, जे असी इस बच्चे नूं जिंदा छड़ता वजीर साडे सारे परिवार नूं कोल्हू दे विच दी कढ दू, असी मौत दे घाट सारा सारा परिवार उतारे जावांगे। भगवान ने आवाज दिती, जलादो इस बच्चे दीआं छे उंगलां ने, छेवीं उंगल नूं कट के तुसी वजीर दे पेश कर दो, वह कुछ नहीं कहूगा। जलादा ने पैर वाल नजर मारी, पैर दीआं छे उंगलां, उंगल कट्टी, कट के शहर वाल नूं चाला पाता। वह छोटा बच्चा, नन्ना मुन्ना बालक, पैर दे विचों खून की धारा निकल रही है, उहदे वल देख देख रोई जांदा है। जंगल दे विच कूका मारदा है और आवाजा दिंदा है, की कहिंदा है, ऐ मेरे भगवान कृष्ण आ जा, तेरे बिना चोग मुक गई, तेरे बिना मेरा कोई होर सहारा नहीं, इहो पेश है। हो जद कतल करन लगे, कंबे हाथ काल जा डोले, छाती क्यों तड़क रही, वेख जलाद जवानो बोले, लै गे कट उंगल नू, रोंदा बैठा बाल न्याणा, गलियां बिच तड़फ रहा, देखो की कुदरत दा बाणा, लगदा पिदके लगदा कुछ भेद नहीं, महिमा है बेटा तो न्यारी, रोंदा बिच जंगल दे, कहिंदा आजो कृष्ण मरारी, गलियां बिच फिर दे नू, का तो ले आए हो त्यारे, कोई दोष नहीं करया, कर ले क्यों मारण दे त्यारे, ए नन्नी उंगल नू लेगे कट के मार कटारी, रोंदा बिच जंगल दे, कहिंदा आजो कृष्ण मरारी, मछली जो तड़फ रहा, मछली जो तड़फ रहा, पैर चो बगे खून दी तारा, ऐसा कर लाट पिया, जानी जंगल रोंदा सारा, तरदा मन तीर नहीं, चंदरी देगी किस्मत हारी, रोंदा बिच जंगल दे, कहिंदा आजो कृष्ण मरारी, रोना सुन बालक दा, जानवर जो जंगल बिच रेंदे, ए नन्नी मूरत दे, सारे कोले आ बैंदे, पंछी छाया कर देने, उपर खड़के मार उडारी, रोंदा बिच जंगल दे, कहिंदा आजो कृष्ण मरारी, कोई दर्दी दीदा ना, दुखां दी खोल सुनामा कापी, सुनिया डर तेरे ते, बख्शे गए करोड़ा पापी, जे नजर मार देखे, मैं निर्दोष हां दुखिया भारी, रोंदा बिच जंगल दे, कहिंदा आजो कृष्ण मरारी, बालक दे जखमानू, हरनिया नाल जीव दे चटन, आ कोले बैठ गया, आईया डोर दुखा दी तकन, बाप सहारा नी, मां बाप सहारा नी, ना कोई दीदी रिश्तेदारी, रोंदा बिच जंगल दे, कहिंदा आजो कृष्ण मरारी, भगतां दी रख दे जे, फिर ता आजा मुरली वाले,
ਜਿਵੇਂ ਤੁਰ ਬਾਲ ਕੇ ਦੇ ਬਣੀ ਵਿੱਚ ਬਣ ਕੇ ਸੀ ਰਖਵਾਲੇ ਤਾਰਾ ਅਹਲਾ ਨੂੰ ਠੋਕਰ ਜਦੋਂ ਪ੍ਰੇਮ ਦੀ ਮਾਰੀ ਰੋਂਦਾ ਵਿੱਚ ਜੰਗਲ ਦੇ ਕਹਿੰਦਾ ਆ ਜਾਓ ਕ੍ਰਿਸ਼ਨ ਮਰਾਰੀ ਕੁਦਰਤ ਸੇ ਪਹੁੰਚ ਗਿਆ ਕੁਦਰਤ ਸੇ ਪਹੁੰਚ ਗਿਆ ਰਾਜਾ ਸ਼ੇਰ ਬਣੀ ਦੀ ਕਰਦਾ ਕੰਨਾਂ ਵਿੱਚ ਬਾਜ ਪਈ ਬਾਲਕ ਦੇਖਿਆ ਹੋ ਕੇ ਪਰਦਾ ਕੋਲੇ ਆ ਗਿਆ ਬਾਲਕ ਦੇ ਕਹਿੰਦਾ ਮਾਦਨ ਲਾਲ ਲਖਾਰੀ ਰੋਂਦਾ ਵਿੱਚ ਜੰਗਲ ਦੇ ਕਹਿੰਦਾ ਆ ਜਾ ਕ੍ਰਿਸ਼ਨ ਮਰਾਰੀ ਰੋਹੀ ਬੀਆਬਾਨ ਦੇ ਵਿੱਚ ਇਕੱਲਾ ਬੱਚਾ ਪਿਆ ਪੈਰ ਦੇ ਵਿੱਚੋਂ ਨਿਕਲ ਰਹੀ ਖੂਨ ਦੀ ਧਾਰਾ ਨੂੰ ਵੇਖ ਵੇਖ ਕੇ ਰੋਈ ਜਾਂਦਾ ਕੁਰਲਾਈ ਜਾਂਦਾ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਉਸ ਜੰਗਲ ਦੇ ਵਿੱਚ ਰਹਿਣ ਵਾਲੇ ਜਾਨਵਰ ਕੁਐਲ ਮੋਰ ਪਪੀਹੇ ਹਰਨ ਆ ਕੇ ਕੋਲੇ ਬਹਿ ਗਏ ਉਸ ਬਾਲਕ ਦੇ ਉਹਨੂੰ ਕਹਿੰਦਾ ਕੋਈ ਕੁਛ ਨਹੀਂ ਆਲੇ ਦੁਆਲੇ ਗੁਲਜ਼ਾਰਾਂ ਲਾਤੀਆਂ ਬਾਲਕ ਦੇ ਜ਼ਖਮਾਂ ਨੂੰ ਹਰਨੀਆਂ ਨਾਲ ਜੀਵ ਦੇ ਚੱਟਣ ਆ ਕੋਲੇ ਬੈਠ ਗਈਆਂ ਆਈਆਂ ਡੋਰ ਦੁੱਖਾਂ ਦੀ ਕੱਟਣ ਜਿਹੜੀ ਉਂਗਲ ਦੇ ਵਿੱਚੋਂ ਖੂਨ ਦੀ ਧਾਰਾ ਬਹਿ ਰਹੀ ਹੈ ਹਰਨੀ ਆਈ ਕੋਲੇ ਬਹਿ ਗਈ ਉਸ ਬਾਲਕ ਦੇ ਜ਼ਖਮ ਨੂੰ ਆਪਣੀ ਜੀਭ ਦੇ ਨਾਲ ਚੱਟਣ ਲੱਗ ਗਈ ਮਨ ਦੇ ਵਿੱਚ ਨਾਲੇ ਕੀ ਕਹਿ ਰਹੀ ਹੈ ਭਗਵਾਨ ਇਹ ਛੋਟੇ ਜਿਹੇ ਬੱਚੇ ਦੇ ਉੱਤੇ ਕਿਉਂ ਬਿਪਤਾ ਪਾਤੀ ਭਗਤਾਂ ਦੀ ਰੱਖਦੇ ਫਿਰ ਆ ਜਾ ਉਧਰੋਂ ਚੰਦਰਹਾਸ ਆਪਦੇ ਮਨ ਦੇ ਵਿੱਚ ਵਿਚਾਰਾਂ ਕਰਦਾ ਪ੍ਰਭੂ ਤੈਂ ਪ੍ਰਹਿਲਾਦ ਦੀ ਰੱਖੀ ਤੈਂ ਧਰੁਵ ਦੀ ਰੱਖੀ ਤੈਂ ਨਰਸੀ ਦੀ ਹੁੰਡੀ ਤਾਰੀ ਭਾਂਤ ਭਰੀ ਸਮੇਂ ਸਮੇਂ ਦੇ ਭਗਤ ਜਨਾਂ ਦੀ ਤੂੰ ਮਦਦ ਕਰਦਾ ਆਇਆ ਭਗਵਾਨ ਦਰੋਪਤਾ ਦੇ ਚੀਰ ਵਧਾਏ ਕਹਿੰਦੇ ਜਦੋਂ ਭਗਵਾਨ ਕ੍ਰਿਸ਼ਨ ਨੇ ਸ਼ਿਸ਼ੂਪਾਲ ਦਾ ਸਿਰ ਕੱਟਿਆ ਉਂਗਲ ਦੇ ਉੱਪਰ ਸੁਦਰਸ਼ਨ ਚੱਕਰ ਹੈ ਚੱਕਰ ਛੱਡਿਆ ਉਂਗਲ ਦੇ ਉੱਪਰ ਚੋਟ ਲੱਗੀ ਕੋਲੇ ਖੱਡੀ ਦਰੋਪਤਾ ਜਿਹਨਾਂ ਦਾ ਨਾਂ ਕ੍ਰਿਸ਼ਨ ਹੈ ਆਪਣੇ ਪਤੰਬਰ ਦੇ ਨਾਲ ਲੀਰ ਪਾੜ ਕੇ ਭਗਵਾਨ ਦੀ ਉਂਗਲ ਤੇ ਬੰਨਤੀ ਭਗਵਾਨ ਕੀ ਕਹਿਣ ਲੱਗੇ ਦੇਵੀ ਇਹਦਾ ਬਦਲਾ ਮੈਂ ਚੁਕਾਉਂਗਾ ਕਰੋੜਾਂ ਗੁਣਾ ਕਹਿੰਦੇ ਜਦੋਂ ਦੁਸ਼ਾਸਨ ਦੀ ਭੁਜਾ ਦਾ ਬਲ ਵੀ ਹਾਰ ਗਿਆ ਨਗਨ ਕਰਨ ਲੱਗੇ ਦਰੋਪਤਾ ਨੂੰ ਸਭਾ ਚ ਭਗਵਾਨ ਦੇ ਵਧਾਏ ਹੋਏ ਚੀਰ ਨੀ ਮੁੱਕੇ ਦੁਸ਼ਾਸਨ ਦੀ ਭੁਜਾ ਦਾ ਬਲ ਹਾਰ ਗਿਆ ਆ ਜਾ ਤੂੰ ਸਮੇਂ ਸਮੇਂ ਦੇ ਭਗਤ ਜਣਾਂ ਦੀ ਰੱਖਦੇ ਭਗਤਾਂ ਦੇ ਪਿੱਛੇ ਦੌੜ ਦੌੜ ਕੇ ਜਾਣਾ ਅੱਜ ਮੇਰੀ ਵੀ ਪਕਾਰ ਸੁਣ ਲੈ ਇੰਨਾ ਕਹਿਣ ਦੀ ਦੇਰ ਸੀ ਉਸ ਜੰਗਲ ਦੇ ਜਾਨਵਰ ਚੇਰ ਚਿੱਤੇ ਸ਼ੇਰ ਮਾਸਾਹਾਰੀ ਜੀਵ ਕੋਲੇ ਆ ਕੇ ਬਹਿ ਗਏ ਪਰ ਉਸ ਬਾਲਕ ਨੂੰ ਕੁਛ ਨਹੀਂ ਕਹਿ ਰਹੇ ਕੁਦਰਤ ਤੇ ਕੀ ਹੋਇਆ ਕਲਿੰਦ ਦਾ ਬਾਦਸ਼ਾਹ ਘੋੜੇ ਤੇ ਸਵਾਰ ਸ਼ੇਰ ਦਾ ਸ਼ਿਕਾਰ ਕਰਨ ਆਇਆ ਸ਼ੇਰ ਦਾ ਸ਼ਿਕਾਰ ਨਹੀਂ ਮਿਲਿਆ ਕਿਉਂਕਿ ਉਸ ਜੰਗਲ ਦੇ ਜਾਨਵਰ ਤਾਂ ਉਸ ਬਾਲਕ ਦੇ ਕੋਲੇ ਬੈਠੇ ਨੇ ਇਕੱਠੇ ਹੋਏ ਕੰਨਾਂ ਚ ਰੋਣ ਦੀ ਆਵਾਜ਼ ਪਈ ਘੋੜੇ ਦੀਆਂ ਬਾਗਾਂ ਮੋੜਤੀਆਂ ਉਸ ਨੰਨੇ ਮੁੰਨੇ ਬੱਚੇ ਦੇ ਕੋਲੇ ਜਾ ਕੇ ਕੀ ਵੇਖਿਆ ਪਕਸ਼ੀਆਂ ਨੇ ਛਾਇਆ ਕਰ ਰੱਖੀ ਹੈ ਕੋਲੇ ਬੈਠੇ ਪੰਛੀ ਆਪੋ ਆਪਣੀ ਮਿੱਠੀ ਬੋਲੀ ਬੋਲ ਰਹੇ ਨੇ ਸ਼ੇਰ ਚਿੱਤੇ ਕੋਲੇ ਬੈਠੇ ਨੇ ਰਾਜਾ ਕਲਿੰਦ ਵੇਖ ਕੇ ਹੈਰਾਨ ਹੋ ਗਿਆ ਆਪਣੇ ਸ਼ਾਸਤਰ ਦੇ ਨਾਲ ਪਕਸ਼ੀ ਤੇ ਸ਼ੇਰ ਵਗੇਰੇ ਕੀਤੇ ਪਰ ਉਸ ਬੱਚੇ ਦੇ ਕੋਲੇ ਆ ਗਿਆ ਐ ਬਾਲਕ ਤੂੰ ਕਿੱਥੋਂ ਆਇਆ ਤੇਰਾ ਨਾਂ ਕੀ ਹੈ ਤੇਰਾ ਕਿਹੜਾ ਦੇਸ਼ ਹੈ ਉਸ ਬੱਚੇ ਨੂੰ ਕੋਈ ਪਤਾ ਨਹੀਂ ਕੋਈ ਮਾਲੂਮ ਨਹੀਂ ਬੱਚਾ ਕੀ ਕਹਿੰਦਾ ਹੈ ਮੇਰਾ ਪਿਤਾ ਠਾਕੁਰ ਹੈ ਮੇਰੀ ਮਾਤਾ ਠਾਕੁਰ ਹੈ ਜੋ ਮੇਰਾ ਭੈਣ ਭਰਾਤਾ ਹੈ ਉਹ ਠਾਕੁਰ ਹੈ ਠਾਕੁਰ ਤੋਂ ਬਿਨਾਂ ਕੋਈ ਗੱਲ ਦੂਜੀ ਕਰਦੇ ਹੀ ਨਹੀਂ ਰਾਜਾ ਕਲਿੰਦ ਕਹਿੰਦਾ ਇਹ ਬੱਚਾ ਅਨਾਥ ਹੈ ਇਹਦਾ ਕੋਈ ਸਹਾਰਾ ਨਹੀਂ ਕੋਲੇ ਬਹਿ ਕੇ ਚੰਦਰਹਾਸ ਦੇ ਕੀ ਕਹਿੰਦਾ ਬੱਚੇ ਅੱਜ ਤੋਂ ਬਾਅਦ ਤੇਰਾ ਬਾਵਲ ਮੈਂ ਆ ਤੇਰਾ ਪਿਤਾ ਮੈਂ ਆ ਮੇਰੀ ਰਾਜਧਾਨੀ ਦਾ ਮਾਲਕ ਤੂੰ ਹੋਵੇਂਗਾ
उस बच्चे नू चुक के बादशाह कलिंद ने घोड़े दे उपर बठा लिया। घोड़े ते बठा के अपनी राजधानी बल नू सरदार दा राजा कलिंद सुनो वीरां तो बादशाह कलिंद चंद्रहास नू लेके किवें जा रहा है इंज सुनो भाई। हाँ बालिका उठा के छाती नाल ला लिया बादशाह ने उत्ते घोड़े दे बिठा लिया। मुड़ दे नी लेख कलम रवानी दे भाग यूदे हो गए मारन आनी दे कर जाके रानी नू सुनाऊंदा बोल के दस दीती वार्ता तमाम खोल के दूधिया च दुध आ गया पट रानी दे भाग यूदे हो गए मारन आनी दे साडे ते मेहर कैसी कीती मालका गोदी बिच लै लिया प्यारा बालका रखता चंदर हास नाम पानी दे भाग यूदे हो गए मारन आनी दे जोत शिव लाए राज दरबार दे चंद जैस चेहरे ते नजर मार दे दस दे हसाब रेखा जर मानी दे भाग यूदे हो गए मरन आनी दे सुर मात पाग ते कहो राजना चंडे कद सिख रचड़ाऊ राजना रटदा हरी नू भगत पछाणी दे भाग यूदे हो गए मरन आनी दे चौदह बेदिया च परवीन हो गया युद्ध कला बिच बीज कीन हो गया लामदान शाने नाम दी कमानी दे भाग यूदे हो गए मरन आनी दे पंद्रह बरस दा जवानी कूक दी नाम दी कुमारी पापियां नू फूक दी भगती दा रंग दम कदमानी दे भाग यूदे हो गए मरन आनी दे जाके कर दिया देश है दे दे हुकम जितने नरेश है माधव लाल शहर शब्द कहानी दे भाग यूदे हो गए उमर नियानी दे। बादशाह कलिंद उस बच्चे नू जंगल दे विचों चुक के अपनी राजधानी कलिंद वल नू जा रहे अगे की होया कहिंदे जदों राजधानी दे विच गया रा बादशाह कलिंद दे कोई पुत्र जां धी नहीं सी ओ पटराणी अपने महलां दे विच बैठी है घोड़े दे उत्तों उस नन्ने मुन्ने बच्चे नू लाया छाती दे नाल लाया जदों प्रवेश होया पटराणी ते चंद्रहास दे कहिंदे जदों चारे नैण सामनू सामने होए दुधिया दे विचों दुध दा जोर पै गया चंद्रहास दे मुख च बत्ती धारा निकल के पै गईयां राज राणी ने छाती दे नाल लिया बच्चा की कहा रा बादशाह कलिंद नू कहिंदी ए बच्चा ते कित्थों लैके आंदा है ए तां इउं लगदा जिवें मेरा ही पुत्र होवे। बादशाह कलिंद कहिंदा राणी उस भगवान ने आपां नूं देता रोही बियाबान दे विच इकला बच्चा पिया सी रो रहा सी मैं जंगल दी शहर करदा करदा इस बच्चे दे कोल गया इस बच्चे दा कोई सहारा नहीं मैनूं अपने घरे लै इह अपना पुत्र है इहदी सेवा कर। ज्योतिषी बुला ले ब्राह्मण बुलाए टेवा लवाया ऋषि जनो ए मेरे पुत्र दा देखो मस्तक किहो जिहा है। ऋषिया ने ज्योतिष लाया की कहिंदे बादशाह
ਇਹਦਾ ਮੁਖਾ ਚੰਦਰਮਾ ਜੈਸਾ, ਇਹਦਾ ਨਾਂ ਚੰਦਰ ਹਾਸ ਰੱਖਦੇ। ਇਸ ਤੋਂ ਪਹਿਲਾਂ ਬੱਚੇ ਦਾ ਨਾਂ ਨੀ ਟਿਕਿਆ। ਬਾਦਸ਼ਾਹ ਕਲਿੰਦ ਦੀ ਰਾਜਧਾਨੀ ਦੇ ਵਿੱਚ ਇਸ ਬਾਲਕ ਦਾ ਨਾਂ ਚੰਦਰ ਹਾਸ ਰੱਖਿਆ ਗਿਆ। ਨਾਰਦ ਰਿਸ਼ੀ ਕਹਿੰਦੇ ਅਰਜਨ ਨੂੰ, ਅਰਜਨ ਇਹਦਾ ਨਾਂ ਚੰਦਰ ਹਾਸ ਰੱਖਤਾ। 14 ਵਿਦਿਆ ਚ ਪ੍ਰਵੀਨ ਹੋ ਗਿਆ, ਯੁੱਧ ਕਲਾ ਚ ਯਕੀਨ ਹੋ ਗਿਆ। ਲਾਮ ਦਾ ਨਿਸ਼ਾਨੇ ਨਾਮ ਦੀ ਕਮਾਣੀ ਦੇ ਹਰੀ ਦਾ ਭਗਤ। 15 ਸਾਲ ਤੋਂ ਬਾਅਦ ਜਦੋਂ 16 ਸਾਲ ਲੱਗ ਗਿਆ ਨਾ ਚੰਦਰ ਹਾਸ ਨੂੰ, ਕੀ ਕੀਤਾ ਬਾਦਸ਼ਾਹ ਕਲਿੰਦ? ਕਹਿੰਦਾ ਵੀ ਨਾਲ ਤਾਂ ਦਿੱਗ ਬਿਜੇ ਦੀ ਆਪਾਂ ਖੁਸ਼ੀ ਮਨਾਉਂਦੇ ਹਾਂ, ਨਾਲੇ ਮੇਰਾ ਪੁੱਤਰ ਕਿੰਨਾ ਸੂਰਵੀਰ ਹੈ, ਆਪਾਂ ਦੀ ਛੱਟੀ ਮਨਾਉਂਦੇ ਹਾਂ, ਜਨਮ ਦਿਨ ਮਨਾਉਂਦੇ ਹਾਂ। ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਲੇ ਦੁਆਲੇ ਦੇ ਸਾਰੇ ਰਾਜਿਆਂ ਨੂੰ ਚਿੱਠੀਆਂ ਪਾਤੀਆਂ ਬਾਦਸ਼ਾਹ ਕਲਿੰਦ ਨੇ, ਚਿੱਠੀਆਂ ਪਾਉਣ ਲੱਗੇ। ਤ੍ਰਿਸ਼ਟਬੁੱਧੀ ਵਜ਼ੀਰ ਨੂੰ ਵੀ ਚਿੱਠੀ ਪਹੁੰਚ ਗਈ। ਰਾਜਾ ਕੁੰਤਲ ਕਹਿੰਦਾ ਵਜ਼ੀਰ ਨੂੰ, ਵਜ਼ੀਰ ਸਾਹਿਬ ਤੁਸੀਂ ਕਲਿੰਦ ਬਾਦਸ਼ਾਹ ਨੇ ਆਪਣੇ ਪੁੱਤਰ ਦੀ ਖੁਸ਼ੀ ਮਨਾਈ ਹੈ, ਉੱਥੇ ਜਾਣਾ ਹੋਊਗਾ। ਤ੍ਰਿਸ਼ਟਬੁੱਧੀ ਵਜ਼ੀਰ ਵੀ ਉੱਥੇ ਪਹੁੰਚ ਗਿਆ। ਜਾ ਕੇ ਕੀ ਕਹਿੰਦਾ ਬਾਦਸ਼ਾਹ ਕਲਿੰਦ ਨੂੰ, ਰਾਜਾ ਕਲਿੰਦ ਤੇਰੇ ਤਾਂ ਪੁੱਤਰ ਨਾਲ ਧੀ ਕੁਛ ਵੀ ਨਹੀਂ ਸੀ, ਇਹ ਬਾਲਕ ਕਦੋਂ ਹੋਇਆ ਤਾਂ ਦੱਸਿਆ ਹੀ ਨਹੀਂ। ਪਿਛਲਾ ਦ੍ਰਿਸ਼ਟਾਂਤ ਬਾਦਸ਼ਾਹ ਕਲਿੰਦ ਦੱਸਦਾ, ਕਹਿੰਦਾ ਐ ਵਜ਼ੀਰ ਸਾਹਿਬ, ਇਹ ਮੇਰਾ ਪੁੱਤਰ ਮੈਨੂੰ ਜੰਗਲ ਦੇ ਵਿੱਚੋਂ ਮਿਲਿਆ, ਜੋ ਜੋ ਵਾਰਤਾ ਬਾਦਸ਼ਾਹ ਕਲਿੰਦ ਧ੍ਰਿਸ਼ਟਬੁੱਧੀ ਨੂੰ ਦੱਸਦਾ, ਉਸ ਦਾ ਬਿਆਨ ਇਹੋ ਪੇਸ਼ ਕਰਦੀ ਹੈ। ਹਉ ਤ੍ਰਿਸ਼ਟ ਬੁੱਧੀ ਸੀ ਆਇਆ, ਆ ਕੇ ਰਾਜਨ ਸੀਸ ਚੁਕਾਇਆ, ਇਹ ਸਭ ਤੁਹਾਡੀ ਸ਼ਾਤਰ ਛਾਇਆ, ਚਰਨ ਤਕਾ ਤੇ ਆਪਣੇ ਨਮਸ਼ਕਾਰ ਮੈਂ ਕਰਦਾ, ਚਰਨ ਤਕਾ ਤੇ ਆਪਣੇ ਉਹ ਤੁਹਾਨੂੰ ਨਮਸ਼ਕਾਰ ਮੈਂ ਕਰਦਾ। ਕੀ ਕੀਤੀ ਹੈਰਾ ਫੇਰੀ, ਆਉਂਦੀ ਸਮਝ ਵਿੱਚ ਨਾ ਮੇਰੀ, ਜਾਂਦੀ ਕਿਵੇਂ ਲੱਛਮੀ ਕੇਰੀ, ਲੋਕਿਆ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ, ਸੱਚ ਬਤਾ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ। ਇੱਕ ਦਿਨ ਸ਼ਹਿਰ ਬਣੀ ਦੀ ਕਰਦਾ, ਬਾਲਕ ਦੇਖਿਆ ਹੋ ਕੇ ਪਰਦਾ, ਨਾ ਸੀ ਜਾਨਵਰਾਂ ਤੋਂ ਡਰਦਾ, ਕੈਸੀ ਕੁਦਰਤ ਦੀ ਮਾਇਆ, ਉਂਗਲ ਕੱਟੀ ਹੋਈ ਉਹਦੀ, ਚੱਕ ਮੈਂ ਕਰਨ ਲੈ ਆਇਆ, ਉਹਦੀ ਉਂਗਲ ਕੱਟੀ ਹੋਈ। ਇਹ ਗੱਲ ਕਿੰਨੇ ਚਿਰ ਦੀ ਹੋ ਗਈ, ਬਾਲਕ ਦਿਸਦਾ ਪੂਰਨ ਜੋਗੀ, ਕੀਤਾ ਕਿਸ ਪਾਪੀ ਨੇ ਰੋਗੀ, ਪਰਮ ਮਿਟਾ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ, ਸੱਚ ਬਤਾ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ। ਪੂਰੇ 11 ਸਾਲ ਨੇ ਬੀਤੇ, ਰਾਜ ਕੁਲ ਬਾਲਕ ਨੇ ਜੀਤੇ, ਸਾਰੇ ਕੰਮ ਅਗੰਮੀ ਕੀਤੇ, ਲੱਗਿਆ ਭੇਦ ਨਹੀਂ ਮੈਨੂੰ, ਕੀ ਹੋਰ ਗਿਨਾਮਾ ਗੁਣ ਮੈਂ ਬਾਲਕ ਦੇ ਤੈਨੂੰ, ਓ ਕੀ ਹੋਰ ਗਿਨਾਮਾ। ਸੁਣ ਕੇ ਫਿਕਰਾਂ ਦੇ ਵਿੱਚ ਪੈ ਗਿਆ, ਕੀ ਉਹ ਬਾਲਕ ਜਿਉਂਦਾ ਰਹਿ ਗਿਆ, ਹੌਸਲਾ ਸਭੀ ਚਿੱਤ ਚੋਂ ਟਹਿ ਗਿਆ, ਤੀਰ ਤਰਾ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ, ਸੱਚ ਬਤਾ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ। ਐਨੇ ਚੰਦਰ ਹਾਸ ਵੀ ਆਇਆ, ਚਰਨੀ ਸੀ ਸਨਵਾਇਆ, ਦਰਸ਼ਨ ਜਦ ਪਾਪੀ ਨੇ ਪਾਇਆ, ਸਾਮਾ ਕੰਡਾ ਰੜ ਕੇ ਰਿਹਾ, ਉਹ ਰਿਸ਼ੀਆਂ ਦਾ ਬਾਕ ਯਾਦ ਕਰ ਸੀਨਾ ਧੜਕ ਰਿਹਾ, ਉਹਦੇ ਉਹ ਰਿਸ਼ੀਆਂ ਦਾ ਬਾਕ ਦਿਲ ਵਿੱਚ ਖਿਆਲ ਅਨੇਕ ਆਵੇ, ਬਾਲਕ ਹੁਣ ਵੀ ਨਾ ਬਚ ਜਾਵੇ, ਸ਼ਹਿਰੀ ਮਦਨ ਲਾਲ ਫਰਮਾਵੇ, ਮੇਲ ਮਿਲਾ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ, ਸੱਚ ਬਤਾ ਦੇ ਰਾਜਨਾ ਤੇਰੇ ਕਦ ਹੋਇਆ ਕਰ ਲੜਕਾ। ਬਾਦਸ਼ਾਹ ਕਲਿੰਦ ਨੂੰ ਤ੍ਰਿਸ਼ਟ ਬੁੱਧੀ ਵਜ਼ੀਰ ਕਹਿੰਦਾ, ਕਹਿੰਦਾ ਰਾਜਨ ਤੇਰੇ ਘਰ ਤਾਂ ਪੁੱਤਰ ਔਰ ਧੀ ਦੋਨਾਂ ਚੋਂ ਇੱਕ ਵੀ ਨਹੀਂ ਸੀ। ਬਾਦਸ਼ਾਹ ਕਲਿੰਦ ਕਹਿੰਦਾ ਉਸ
राम ने मेरे ते इन्नी मेहर कीती। वजीर साहब एक दिन मैं जंगल दी सैर करदा सी, जंगल दे विच इह नन्ना मुन्ना बच्चा रो रहा सी। इहदा रोना सुन के मैं शिकार नूं जांदा जांदा इस बच्चे दे रोण नूं सुन के मैं इस बच्चे कोले आ गया। जदों वेख्या इस बच्चे दे पैर दी इक उंगल कट्टी हुई सी, बच्चा रोदन कर रहा सी। मैं इसनूं पुछया, बालक तू कित्थों आया है, किथे जाना है, तेरा नाम क्या है? ए बच्चे ने मैनूं कुछ नहीं दस्या। जदों भी बोलदा मेरा माता पिता ठाकुर है, मेरा भैण भराता ठाकुर है, मेरा साथ संबंधी ठाकुर है। मैं ओहदे मन दे विच सोचा बच्चा अनाथ है, इस बच्चे नूं चुक के मैं घरे लै आया। त्रिष्ट बुद्धि वजीर मोड़ के कहिंदा, राजन ये किन्ने क चिर दी गल होगी भला? बादशाह कलिंद कहिंदा, इस गल नूं राजन वजीर साहब 11 साल हो गए। जदों 11 सालां दा नौ लिया, वजीर दे डैल घूम गए, दिमाग घूम गया। ये किते ओही बालक तां नहीं जिसनूं मैं जलादां दे हथ दित्ता? ये जंगल दे विच बच तां नहीं गया? जे बालक ओही बालक होया फिर की ऋषियां दे बचन सत होणगे? हां, दिमाग घूम गया। इन्ने की होया, चंद्रहास बाहरों आ रहा है। वजीर साहब बैठे ने, पिता जी बैठे ने, आके नमस्कार कीती, चरणी हथ लाए। वजीर साहब पुछदे ने कलिंद नूं, ए कौन है? बादशाह कलिंद कहना, मेरा पुत्र है। जदों चरणी हथ ला के सीधा खड़ा होया, चेहरे वल तक्या वजीर ने, ये तां ओही बालक है जिस दे मैं मुखड़ दे थप्पड़ मारिया सी। ये तां ऋषियां दे बाग सच्चे होणगे, मन ही मन कर रहा है, तुक भी है। बाणी कहिंदी है, जिस को राखे साईयां मार ना साके कोई। ये बच रहा, मन च विचार कीती, हुण इहनूं मैं किसे किहड़े हिसाब नाल मारां? बुद्धि ने कम करिया, आपां इत्थे बैठे हां, बच्चे नूं कल्ले नूं कुंतलपुर शहर भेज दिंदे हां। एक चिट्ठी लिखी वजीर साहब ने, उहदे उत्ते की लिखिया, ऐ पुत्र मदन सैन, जिस राजकुमार नूं मैं कुंतलपुर भेज रहा हां, इस राजकुमार नूं बिख पला देनी। चिट्ठी बंद करी, बादशाह कलिंद नूं कहण लग्या, राजन आ चिट्ठी तेरे राजकुमार दे हथ कुंतलपुर पहुंचाउणी है। चिट्ठी जेब च पाती, कहिंदे बगानी अमानत नूं जे कोई इंसान फरोड़दा उहनूं दे दोष लगदा। चिट्ठी जेब च पाती, चंद्रहास ने नहीं पढ़ी, उहदे ते की लिखे, ये जरूर है भी कुंतलपुर शहर जाके मदन सैन नूं चिट्ठी फड़ा दी। चिट्ठी दे अक्षर लिखे हुए जेब दे विच पै गए। चंद्रहास ने घोड़ा तैयार किया, काठी पाई, असवार हो गया, चाला पाता कुंतलपुर शहर नूं। जेड़े रास्ते दे विच दी लंघदा, चंद्रमा वर्गा स्वरूप, हेम वर्गा रंग, चौपर जवान, राजे दा पुत्र घोड़े ते बैठा, इउं लगदा जिवें देवतां दा राजा इंद्र जा रहा होवे। किथे पहुंचिया? कुंतलपुर शहर दे बाहर एक बाग है जनाना, बादशाह कुंतल दी लड़की, वजीर दी लड़की उस बाग दे विच शहर करन दी खातर आया करदी। सिखर दुपहरा हो गया, शरीर नटाल हो गया। राजकुमार ने की सोचा, जे आपां इस बाग दे विच विश्राम कर लिए, आराम कर लिए दो घड़ी, कुंतलपुर शहर बाट नेड़े है, फिर चल वड़ांगे।
ਕੀ ਹੋਇਆ? ਕਹਿੰਦੇ ਬਾਗ ਦੇ ਅੰਦਰ ਪ੍ਰਵੇਸ਼ ਹੋ ਕੇ ਤਲਾ ਨਿਗਾਹ ਪੈ ਗਿਆ, ਇਸ਼ਨਾਨ ਕੀਤਾ, ਘੋੜਾ ਦਰਖਤ ਨਾਲ ਬੰਨਿਆ, ਤਲਾ ਚ ਇਸ਼ਨਾਨ ਕੀਤਾ, ਫਲ ਫਰੂਟ ਜਿੰਨੀ ਕੁ ਭੁੱਖ ਸੀ ਖਾਧੇ, ਆ ਕੇ ਉਹ ਚੌਪਟ ਬਾਜ਼ਾਰ ਦੀ ਗਲੀ ਦੇ ਉੱਤੇ ਸੋ ਗਿਆ। ਮਾਇਆ ਨੇ, ਭਗਵਾਨ ਦੀ ਮਾਇਆ ਨੇ ਐਸੀ ਨੀਂਦ ਲਿਆਤੀ ਉਸ ਰਾਜਕੁਮਾਰ ਨੂੰ, ਸੌ ਗਿਆ ਕੂਕ ਸੁੱਤਾ ਪਿਆ। ਉਧਰੋਂ ਜਦੋਂ ਵਿਧਨਾ ਦੇ ਮੇਲ ਮਿਲਦੇ ਨੇ, ਜਦੋਂ ਮੇਲੇ ਹੁੰਦੇ ਨੇ ਕਿਸੇ ਦੇ, ਭਗਵਾਨ ਕਰਦਾ ਤ੍ਰਿਸ਼ਟ ਬੁੱਧੀ ਵਜ਼ੀਰ ਦੀ ਲੜਕੀ ਵਿਖਿਆ, ਜਿਹਦਾ ਨਾਂ ਹੈ ਵਿਖਿਆ, ਬਾਗ ਦੀ ਸੈਰ ਕਰਨ ਖਾਤਰ ਆਉਂਦੀ ਹੈ। ਰਾਜਕੁਮਾਰ ਪਿਆ ਬਾਗ ਦੇ ਵਿੱਚ ਸੁੱਤਾ, ਭਗਵਾਨ ਦੋਨਾਂ ਦੇ ਮੇਲੇ ਮੇਲਦਾ, ਇੱਕ ਵਿਖਿਆ, ਉਸ ਰਾਜਕੁਮਾਰ ਦੀ ਜੇਬ ਦੇ ਵਿੱਚੋਂ ਚਿੱਠੀ ਕੱਢ ਕੇ ਪੜ੍ਹਦੀ ਆ ਵੀਰਾਂ ਨਾਲ ਇਉਂ ਆ ਰਿਹਾ। ਹੋ ਸਖੀਆਂ ਦੇ ਸੰਗ ਸੁੰਦਰੀ ਸਹਾਮਦੀ ਚੱਲੀ ਗੀਤ ਟੋਲੀ ਪ੍ਰਭੂ ਦੇ ਗਾਮ ਦੀ, ਹੋ ਚੱਲੀ ਟੋਲੀ ਗੀਤ ਪ੍ਰਭੂ ਦੇ ਗਾਮ ਦੀ, ਬਾਗ ਵਿੱਚ ਪਹੁੰਚੀ ਰਸਤੇ ਨੂੰ ਚੀਰ ਦੀ ਸ਼ੈਰ ਕਰਦੀ ਆ ਪੁੱਤਰੀ ਵਜ਼ੀਰ ਦੀ, ਸ਼ੈਰ ਕਰਦੀ ਆ ਪੁੱਤਰੀ ਵਜ਼ੀਰ ਦੀ। ਉਹ ਮਾਰਦੀ ਨਜ਼ਰ ਚਿੱਠੀ ਨਿਗਾ ਪੈ ਗਈ ਏ, ਜੇਬ ਵਿੱਚੋਂ ਕੱਢ ਕੇ ਪੜਨ ਡਹਿ ਗਈ ਏ, ਜੇਬ ਵਿੱਚੋਂ ਕੱਢ ਕੇ ਪੜਨ ਡਹਿ ਗਈ ਏ। ਲਿਖੀ ਹੋਈ ਚਿੱਠੀ ਪਿਤਾ ਬਲਵੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ। ਉਹ ਕਿੱਥੋਂ ਦਾ ਕੁਮਰ ਕਿੱਥੇ ਚੱਲ ਆ ਗਿਆ, ਉਹ ਕਿੱਥੇ ਚੱਲ ਆ ਗਿਆ, ਇਸ ਦਾ ਸਰੀਰ ਮੇਰੇ ਮਨ ਪਾ ਗਿਆ, ਇਸ ਦਾ ਸਰੀਰ ਮੇਰੇ ਮਨ ਪਾ ਗਿਆ। ਮਾਰਦੀ ਤਰਫ ਨਜ਼ਰ ਪਠੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ। ਉਹ ਪਿਤਾ ਨੇ ਖਪਾਉਣਾ ਸੁੰਦਰ ਸਰੀਰ ਨੂੰ, ਸੁੰਦਰ ਸਰੀਰ ਨੂੰ, ਸੁੰਦਰ ਸਰੀਰ ਨੂੰ, ਕਿਵੇਂ ਹਾਲ ਦੱਸਾਂ ਜਾ ਕੇ ਹਮ ਸ਼ੀਰ ਨੂੰ, ਕਿਵੇਂ ਹਾਲ ਦੱਸਾਂ ਜਾ ਕੇ ਹਮ ਸ਼ੀਰ ਨੂੰ। ਕਰਦੀ ਸਿਫਤ ਸੋਹਣੀ ਤਸ਼ਬੀਰ ਦੀ, ਸੋਹਣੀ ਤਸ਼ਬੀਰ ਦੀ, ਕਰਦੀ ਆ ਸ਼ੈਰ ਪੁੱਤਰੀ ਅਬਜੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ। ਉਹ ਵੇਖਿਆ ਸੀ ਸੰਗ ਸਖੀਆਂ ਦੇ ਖੇਲ ਦੀ, ਵੇਦਨਾ ਦੇ ਲੇਖ ਕਿਵੇਂ ਮੇਲ ਮੇਲ ਦੀ, ਵੇਦਨਾ ਦੇ ਲੇਖ ਕਿਵੇਂ ਮੇਲ ਮੇਲ ਦੀ। ਕੌਣ ਮੇਟ ਦੇਵ ਲਿਖੀ ਤਕਦੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ। ਅਨਾਰ ਦੀ ਕਲਮ ਕਜਲਾ ਸੀ ਅੱਖ ਦਾ, ਕਜਲਾ ਸੀ ਅੱਖ ਦਾ, ਲਿਖਦੀ ਰਕਾਨ ਹੈ ਸ਼ਬਦ ਲੱਖ ਦਾ, ਲਿਖਦੀ ਰਕਾਨ ਹੈ ਸ਼ਬਦ ਲੱਖ ਦਾ। ਕਰਦੀ ਸਿਫਤ ਸੋਹਣੀ ਤਸ਼ਬੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ। ਉਹ ਪੜ ਕੇ ਤੇ ਪਾਤੀ ਜੇਬ ਵਿੱਚ ਪਾਉਂਦੀ ਹੈ, ਮਦਨ ਲਾਲ ਕੋਲ ਵੀਰ ਨੂੰ ਬੁਲਾਉਂਦੀ ਹੈ, ਮਦਨ ਲਾਲ ਕੋਲ ਵੀਰ ਨੂੰ ਬੁਲਾਉਂਦੀ ਹੈ। ਓਮ ਚੰਦ ਟੇਕ ਬੋਲ ਤੇ ਅਖੀਰ ਦੀ, ਤੂੰ ਬੋਲ ਤੇ ਅਖੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ, ਕਰਦੀ ਆ ਸ਼ੈਰ ਪੁੱਤਰੀ ਵਜ਼ੀਰ ਦੀ। ਉਸ ਬਾਗ ਦੇ ਵਿੱਚ ਰਾਜਕੁਮਾਰ ਸੁੱਤਾ ਪਿਆ, ਵਜ਼ੀਰ ਦੀ ਲੜਕੀ ਵਿਖਿਆ, ਆਪਣੀਆਂ ਸਖੀਆਂ ਦੇ ਸੰਗ ਉਸ ਬਾਗ ਦੇ ਵਿੱਚ ਪ੍ਰਵੇਸ਼ ਹੋ ਗਈ। ਅੰਦਰ ਆਈ ਬਾਗ ਦੇ ਦੇਖਿਆ ਤਲਾਅ ਦਾ ਪਾਣੀ ਗੰਧੜਿਆ ਪਿਆ, ਕੁਝ ਫਲ ਬੂਟਿਆਂ ਦੇ ਉੱਤੋਂ ਟੁੱਟੇ ਹੋਏ ਨੇ। ਜਦੋਂ ਸਾਹਮਣੇ ਨਿਗਾਹ ਮਾਰੀ, ਅੰਬ ਦੇ ਦਰਖਤ ਦੇ ਥੱਲੇ ਇੱਕ ਰਾਜਕੁਮਾਰ ਸੁੱਤਾ ਪਿਆ। ਉਹਨੂੰ ਕਾਸੇ ਦੀ ਹੋਸ਼ ਨਹੀਂ। ਜਦੋਂ ਰਾਜਕੁਮਾਰ ਵੱਲ ਨਿਗਾਹ ਮਾਰੀ, ਵਿਖਿਆ ਨੇ ਜੇਬ ਦੇ ਵਿੱਚ ਚਿੱਠੀ ਪਾਈ ਹੋਈ ਹੈ, ਪਰ ਉਹਦੀ ਨੁੱਕਰ ਇੱਕ ਨੰਗੀ ਹੈ, ਜੇਬ ਤੋਂ ਬਾਹਰ ਹੈ ਕਾਗਜ਼। ਵਿਖਿਆ ਨੇ ਸੋਚਿਆ, ਲੱਗਦਾ ਕਿਸੇ ਦੇਸ਼ ਦਾ ਰਾਜਕੁਮਾਰ ਹੈ, ਸੁੱਤਾ ਪਿਆ, ਪਰ ਇਹਦੀ ਜੇਬ ਦੇ ਵਿੱਚ ਕੀ ਹੈ? ਕਿਸੇ ਦੀ ਅਮਾਨਤ ਨੂੰ ਫਰੋਲਣਾ ਦੇਹ ਪਾਪ ਹੈ। ਪਰ ਵਿਖਿਆ ਕਹਿੰਦੀ, ਪੜ੍ਹਨ ਦਾ ਕੋਈ ਗੁਨਾਹ ਨਹੀਂ, ਜੇਬ ਚੋਂ ਚਿੱਠੀ ਬਾਹਰ ਕਰ ਲਈ, ਪੜ੍ਹਨ ਲੱਗੀ, ਆਹ ਹਾ ਹਾ, ਜਦੋਂ ਸ਼ਬਦ ਪੜ੍ਹੇ, ਐ ਮਦਨ ਸੈਨ ਪੁੱਤਰ, ਇਹ ਜੋ ਰਾਜਕੁਮਾਰ ਕੁੰਤਲਪੁਰ ਆ ਰਿਹਾ,
इनू बिख पला देनी। लिखाई पिता दी है, पत्र पिता का लिखा होया, पर आत्मा इनी काली क्यों होगी? मन ही मन अंदरों उन्हें पति बनाई जाती है। जे हे मेरा बर होवे, जे मेरा सुहाग इना सोहना होवे, जो अंदरली आत्मा ने पति मन लिया, निर्मल आत्मा दे विचों एहो जा राजकुमार मेरा बर होवे, फिर सोचती है पिता ने तो इनू मौत दे घाट उतारने दलीलां बना रखिया ने, पर इनू बचाउणा तेरा फर्ज बनदा है, क्योंकि तेरा सहाग है। की कीता? अखां दे विच पाया होया कजला, अनार दी तोड़िया डक्का, ओदी बना ली कलम, सलाई दी तरह अख दे विचों भर के बिख तो विख्या बनाता, पिला तो व्याह बनाता। उस अकार पुरख दे लिखे हुए लेखा नू कोई नहीं टाल सकता। विधना दे लेख ते संजोग ते दोए चीजां बदलतियां, बिख उतो विख्या बनाती राजकुमारी ने। बनकी गया ए पुत्र मदन सैन, ए राजकुमार कुंतलपुर शहर आ रहा है, इनू विख्या बह देना। बदलते जो मर्जी होवे फिर शिंदे विच बदल देंदा ढांचे सारे। राजकुमारी ता चली गई आपदे महलां नू, भगवान ने अपनी माया हटाती, परे चंद्रहास उठिया, उठ के जदों नेत्र उघाड़े, ओह मना दोपहर दा सुत्ता दिन छिप गया, कुंतलपुर जाना भी है। आ चिट्ठी दिन छिप दे तो पहला पहला देनी सी, दिन छिप गया। उठ्या घोड़ा खोलिया, पलाकी मारी, शहर च प्रवेश कर गया। वजीर साहब दा घर पुछया, महर पुछया, मदन सैन अंदर बाहर निकलिया, जाके चिट्ठी ओनू फड़ाती, जेब अही करती, वे विचों कढ लै भाई, मैं नहीं हथ लाया। जदों मदन सैन ने चिट्ठी पढ़ी, चंद्रहास दे चेहरे वल वेख्या, लख शुकराना कीता पिता दा, ओ पिता धन है तू, मेरी भैन दा बर आ दुनिया दे तो न्यारा, हेम वर्गा रंग सुंदर स्वरूप, रिष्ट पुष्ट राजकुमार, धन है तू। आओ महाराज बैठो, चंद्रहास दी बांह फड़ी पलंग ते बिठाया। आप की कीता? पंडतां नूं बुलाया, पंडित जी देखियो भला लगन मुहूर्त किवें है। जदों पंडतां ने पत्रियां देखियां, कहिंदे लगन तां भज्जिया जांदा है, भगवान पत्रियां च वी आ जांदा है, लगन तां बहुत तेज है, बना लो बेदी बस। ब्राह्मण बुलाए, वेद घर च बेख्या ते चंद्रहास दे फेरे करवाते, जिवें वेदां दी रीति है। दोनों का विवाह हो गया। उधरों त्रिष्ट बुद्धि कलिंद दी राजधानी तो मन दे विच पाप आत्मा की सोचदे, राजकुमार तां चला गया, किते भगवान कोई होर ही विघन ना रचदे, आ चलिए। त्रिष्ट बुद्धि वजीर ने भी अपना घोड़ा पिछे फेर तोरिया, फेरे हो हटे। जदों जाके राज दरबार दे विच पहुंचया, मदन सैन ने बधाइयां दित्तियां अपने पिता नूं, पिता जी बधाइयां कादियां पुत्र, जेड़े कार्ज खातर तुसीं राजकुमार नूं पत्रका देके भेजी सी ओ कम मैं सिरे चढ़ाता, ब्याह हो गया बेखा ते चंद्रहास दा। त्रिष्ट बुद्धि क्रोध हो गया, मन ही मन कहना पुत्र ओ मैं तां लिखिया सी ओहदे विच भी बेखत पिला देना, ले पत्रका फड़ा मैनू। कहना मैनू नहीं पता पिता जी,
पत्रका पढ़ो जा ना पढ़ो इहदे विच लिखिया देखो भगवान उस पत्रकार दे विच आ गए। जदों त्रिष्ट बुद्धि ने पत्रका पढ़ी उहदे विच लिखिया होया ऐ पुत्र राज मदन सैन इस राजकुमार नूं विख्या ब्याह देना। मत्थे ते हथ मारिया वजीर ने ਇਹ ਤਾਂ ਤੈਥੋਂ ਹੀ ਗਲਤ ਲਿਖਿਆ ਗਿਆ। ਕਹਿੰਦਾ ਬਚਨ ਇਹ ਵਾਰ ਹੁਣ ਵੀ ਨਹੀਂ ਦੇਣਾ। ਕਰਨਾ ਕੀ ਹੈ? ਮਦਨ ਸੈਨ ਨੂੰ ਆਖਿਆ, ਮਦਨ ਸੈਨ ਆਪਣੇ ਰੀਤੀ ਰਿਵਾਜ ਹੈ, ਜਿਹੜਾ ਆਪਣੇ ਬਰ ਪਰਣਾਇਆ ਜਾਂਦਾ ਉਹਨੂੰ ਸ਼ਹਿਰ ਤੋਂ ਬਾਹਰ ਆਪਣੇ ਇੱਕ ਚੰਡੀ ਦਾ ਮੰਦਰ ਹੈ ਉੱਥੇ ਪੂਜਾ ਕਰਕੇ ਆਉਣੀ ਪੈਂਦੀ ਹੈ। ਚੰਦਰ ਹਾਸ ਨੂੰ ਸਮੱਗਰੀ ਦੇ ਇਹ ਪੂਜਾ ਕਰਕੇ ਆਵੇ। ਮਦਨ ਸੈਨ ਨੇ ਥਾਲੀ ਲਿਆ ਕੇ ਫੜਾਤੀ। ਪੂਜਾ ਕਰਨ ਦੀ ਖਾਤਰ ਮਦਨ ਸੈਨ ਨੇ ਚੰਦਰ ਹਾਸ ਨੂੰ ਥਾਲੀ ਦੇਤੀ। ਜੀਜਾ ਜੀ ਆ ਫੜੋ ਸਮੱਗਰੀ, ਸਾਹਮਣੇ ਚੰਡੀ ਦਾ ਮੰਦਰ ਹੈ ਉਹਦੇ ਵਿੱਚ ਪੂਜਾ ਕਰਕੇ ਆਓ। ਚੰਦਰ ਹਾਸ ਨੇ ਥਾਲੀ ਫੜੀ, ਮੰਦਰ ਵੱਲ ਨੂੰ ਚੱਲ ਪਏ। ਮੰਦਰ ਵੱਲ ਨੂੰ ਤੁਰਨ ਲੱਗਿਆ ਮਦਨ ਸੈਨ ਚੰਦਰਹਾਸ। ਰਾਹ ਦੇ ਵਿੱਚ ਕੀ ਹੋਇਆ? ਰਾਜਕੁਮਾਰੀ ਰਾਜੇ ਕੁੰਤਲ ਦੀ ਘਰੇ ਜਾ ਕੇ ਆਪਦੀ ਮਾਂ ਨੂੰ ਕਹਿੰਦੀ, ਮਾਂ ਵੇਖਿਆ ਦਾ ਬੜਾ ਇੰਨਾ ਸੋਹਣਾ ਜਿਹਦਾ ਕੋਈ ਅੰਤ ਹਿਸਾਬ ਨਹੀਂ, ਜੇ ਇਹੋ ਦਾ ਵਰ ਮੇਰਾ ਹੋਵੇ। ਕਹਿੰਦੇ ਰਾਜੇ ਤਾਂ ਸੱਤ ਸੱਤ ਵਿਆਹ ਕਰਵਾ ਲੈਂਦੇ ਨੇ ਪੁੱਤਰੀ, ਉਸੇ ਰਾਜਕੁਮਾਰ ਨਾਲ ਅਸੀਂ ਤੈਨੂੰ ਵੀ ਪਲਣਾ ਦਿੰਦੇ। ਮਦਨ ਸੈਨ ਗਿਆ ਚੰਦਰਹਾਸ ਦੇ ਹੱਥ ਚੋਂ ਸਮੱਗਰੀ ਦੀ ਥਾਲੀ ਫੜੀ। ਜੀਜਾ ਸ਼੍ਰੀ ਪੂਜਨ ਚੰਡੀ ਦਾ ਮੈਂ ਕਰਕੇ ਆਉਣਾ, ਤੁਹਾਨੂੰ ਰਾਜਾ ਜੀ ਨੇ ਬੁਲਾਇਆ। ਚੰਦਰਹਾਸ ਰਾਜ ਦਰਬਾਰ ਦੇ ਵਿੱਚ ਪਹੁੰਚ ਗਿਆ। ਜਦੋਂ ਦੇਖਿਆ ਧ੍ਰਿਸ਼ਟ ਬੁੱਧੀ ਵਜ਼ੀਰ ਨੇ ਵੀ ਇਹ ਰਾਜਕੁਮਾਰ ਇੱਥੇ ਕਿਵੇਂ, ਪੁੱਛਿਆ ਰਾਜਕੁਮਾਰ ਤੁਸੀਂ ਤਾਂ ਚੰਡੀ ਪੂਜਣ ਗਏ ਸੀ। ਪਿਤਾ ਸ਼੍ਰੀ ਚੰਡੀ ਪੂਜਣ ਤਾਂ ਮਦਨ ਸੈਨ ਪਾ ਕੇ ਆ ਮੱਥੇ ਤੇ ਮਾਰਿਆ ਹੱਥ ਵਜ਼ੀਰ ਨੇ, ਮੇਰਾ ਪੁੱਤਰ ਨੂੰ ਜਲਾਦ ਕਤਲ ਕਰ ਦੇਣਗੇ। ਤ੍ਰਿਸ਼ਟ ਬੁੱਧੀ ਵਜ਼ੀਰ ਦੇ ਬਿਠਾਏ ਹੋਏ ਜਲਾਦ ਚੰਡੀ ਦੇ ਮੰਦਰ ਚ, ਜੋ ਜਨ ਆਵੇ ਉਹਨੂੰ ਕਲਮ ਕਰ ਦਿਓ। ਮਦਨ ਸੈਨ ਉੱਥੇ ਪਾ ਗਿਆ, ਰਾਜਕੁਮਾਰ ਰਾਜ ਮਹਿਲਾਂ ਚ ਆ ਗਿਆ। ਤ੍ਰਿਸ਼ਟ ਬੁੱਧੀ ਵਜ਼ੀਰ ਭੱਜਿਆ ਉੱਥੋਂ ਬਾਹੋ ਦਾ। ਚੰਦਰਹਾਸ ਦੇ ਤਾਂ ਲਾਗੇ ਫੇਰੇ ਹੁਣ ਰਾਜਕੁਮਾਰੀ ਨਾਲ। ਤ੍ਰਿਸ਼ਟ ਬੁੱਧੀ ਵਜ਼ੀਰ ਜਾਂਦਾ ਆਪਦੇ ਪੁੱਤਰ ਨੂੰ ਬਚਾਉਣ ਦੀ ਖਾਤਰ। ਜਦੋਂ ਕੋਲੇ ਗਿਆ ਚੰਡੀ ਦੇ ਮੰਦਰ ਦੇ, ਉੱਚੀ ਉੱਚੀ ਆਵਾਜ਼ਾਂ ਮਾਰਦਾ, ਐ ਜਲਾਦੋ ਦੇਖੋ ਮੇਰੇ ਪੁੱਤਰ ਨੂੰ ਕਤਲ ਕਰ ਦੋ, ਇਹ ਮੇਰਾ ਪੁੱਤਰ ਮਦਨ ਸੈਨ ਹੈ। ਪਰ ਜਲਾਦਾ ਨੇ ਮਦਨ ਸੈਨ ਨੂੰ ਕਤਲ ਕਰਤਾ। ਉੱਚੀ ਉੱਚੀ ਆਵਾਜ਼ ਮਾਰ ਕੇ ਧ੍ਰਿਸ਼ਟ ਬੁੱਧੀ ਜਲਾਦਾ ਨੂੰ ਬੇਨਤੀਆਂ, ਹੇ ਇਉਂ ਕਰਦਾ ਬੇਈਮਾਨ ਵਜ਼ੀਰ, ਇਹ ਬਾਤ ਸੁਣ ਕੇ ਖੜਾ ਚਿੱਤ ਦੇ ਵਿੱਚ ਪਛਤਾਵਦਾ ਹੈ। ਟੁਕੜਾ ਜਿਗਰ ਦਾ ਮਦਨ ਕਮਾਰ ਬੇਟਾ, ਦੁਰਗਾ ਪੂਜਣ ਕਾਸ ਤੋਂ ਜਾਣਦਾ ਹੈ। ਭਾਂਡਾ ਪਾਪ ਦਾ ਅੰਤ ਨੂੰ ਟੁੱਟ ਜਾਂਦਾ, ਖੜਾ ਉੱਚੀ ਆਵਾਜ਼ ਲੈ ਗਾਵਦਾ ਹੈ। ਕਤਲ ਕਰਿਓ ਭਿੱਜੀ ਲਹੂ ਦੀ ਤੇਗ ਦੇ ਸਾਮਦਾ ਹੈ। ਉਧਰ ਖੜੇ ਜੇ ਰਾਤ ਜਾ ਕਤਲ ਕਰਕੇ ਉੱਚੀ ਉੱਚੀ ਆਵਾਜ਼ ਲੈ ਜਾਵਦਾ ਹੈ। ਜਦੋਂ ਦੇਖਿਆ ਪੁੱਤਰ ਸੀ ਕਤਲ ਕਰਿਆ, ਜਦੋਂ ਦੇਖਿਆ ਪੁੱਤਰ ਸੀ ਕਤਲ ਕਰਿਆ, ਟੱਕਰ ਮਹਿਲ ਦੇ ਨਾਲ ਲਗਾਉਂਦਾ ਹੈ। ਡਿੱਗਿਆ ਲਾਸ਼ ਦੇ ਪਾਸ ਬੇਹੋਸ਼ ਹੋਇਆ, ਆਪਣਾ ਹੋਸ਼ ਬੇਹੋਸ਼ ਗਮਾਮਦਾ ਹੈ। ਮਦਨ ਲਾਲ ਜੀ ਟੱਕਰਾ ਮਾਰ ਮਰਿਆ, ਮਦਨ ਲਾਲ ਜੀ ਟੱਕਰਾ ਮਾਰ ਮਰਿਆ। ਪੌਰ ਪਾਪੀ ਦਾ ਸੁਰਗ ਸਦਾਮਦਾ ਹੈ, ਪੌਰ ਪਾਪੀ ਦਾ ਸੁਰਗ ਸਦਾਮਦਾ ਹੈ। ਤ੍ਰਿਸ਼ਟ ਬੁੱਧੀ ਵਜ਼ੀਰ ਨੇ ਆਵਾਜ਼ ਮਾਰੀ, ਠਹਿਰੋ ਜਲਾਦੋ ਠਹਿਰੋ। ਜਲਾਦ ਕਦੋਂ ਸੁਣਦੇ ਨੇ?
ਪੱਥਰ ਦੇ ਜਲਾਲ ਕਹਿੰਦੇ ਵਜ਼ੀਰ ਸਾਹਿਬ ਅਸੀਂ ਤਾਂ ਪਹਿਲੀ ਕਰੀ ਨੂੰ ਪਛਤਾਈ ਜਾਂਦੇ ਜੇ ਇਸ ਵਾਰ ਵੀ ਅਸੀਂ ਕਤਾਹੀ ਕਰਦੇ ਫਿਰ ਤੂੰ ਸਾਡੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਨਹੀਂ ਕੱਢ ਦਿੰਦਾ ਅਸੀਂ ਤਾਂ ਕਤਲ ਕਰ ਚੁੱਕੇ ਆਵਾਜ਼ ਮਾਰੀ ਜਲਾਦਾਂ ਨੇ ਖੂਨ ਦੀ ਭਿੱਜੀ ਤੇਗ ਦਿਖਾਤੀ ਕਤਲ ਹੋ ਗਿਆ ਮਦਨ ਸੈਨ ਤ੍ਰਿਸ਼ਟ ਬੁੱਧੀ ਵਜ਼ੀਰ ਮੰਦਰ ਦੇ ਕੋਲੇ ਵੱਗ ਗਿਆ ਪੁੱਤਰ ਦੀ ਲਾਸ਼ ਵੇਖੀ ਪਾਪ ਦਾ ਭਾਂਡਾ ਪਾਪ ਦਾ ਭਾਂਡਾ ਕਦੇ ਨਹੀਂ ਭਰਦਾ ਪਤਾ ਫੁੱਟ ਜਾਂਦਾ ਜਦੋਂ ਮਦਨ ਸੈਨ ਦਾ ਕਤਲ ਦੇਖਿਆ ਚੰਡੀ ਦੇ ਮੰਦਰ ਦੇ ਨਾਲ ਟੱਕਰਾਂ ਮਾਰ ਕੇ ਤ੍ਰਿਸ਼ਟ ਬੁੱਧੀ ਵਜ਼ੀਰ ਨੇ ਆਪਣੇ ਪ੍ਰਾਣ ਵੀ ਅਸਤ ਕਰਤੇ ਸਮਾਪਤ ਹੋ ਗਈ ਲੀਲਾ ਉਧਰੋਂ ਕੁੰਤਲਪੁਰ ਕੁੰਤਲ ਰਾਜੇ ਦੀ ਰਾਜਕੁਮਾਰੀ ਦੇ ਨਾਲ ਚੰਦਰਹਾਸ ਦੇ ਫੇਰੇ ਹੋ ਰਹੇ ਨੇ ਫੇਰਿਆਂ ਤੋਂ ਬਾਅਦ ਕੀ ਉਹੀ ਰੀਤੀ ਰਿਵਾਜ ਪੁੱਤਰ ਚੰਦਰਹਾਸ ਤੈਨੂੰ ਚੰਡਕਾ ਪੂਜ ਕੇ ਆਉਣੀ ਪਊਗੀ ਸਾਡੇ ਰੀਤੀ ਰਿਵਾਜ ਰਾਜੇ ਨੇ ਸਮੱਗਰੀ ਫੜਾਤੀ ਚੰਦਰਹਾਸ ਨੇ ਸਮੱਗਰੀ ਫੜੀ ਚੰਡੀ ਦੇ ਮੰਦਰ ਵੱਲ ਨੂੰ ਚਾਲਾ ਪਾਤਾ ਅਖੀਰ ਜਦੋਂ ਜਾ ਕੇ ਵੇਖਿਆ ਨਾ ਅੰਦਰ ਪ੍ਰਵੇਸ਼ ਹੋਇਆ ਚੰਡੀ ਦੇ ਮੰਦਰ ਦੇ ਮਾਤਾ ਦੁਰਗਾ ਦੇ ਮੰਦਰ ਦੇ ਮਦਨ ਸੈਨ ਦੀ ਲਾਸ਼ ਪਈ ਹੈ ਵਜ਼ੀਰ ਸਾਹਿਬ ਕੋਲੇ ਮਰੇ ਪਏ ਨੇ ਜਦੋਂ ਵੇਖਿਆ ਚੰਦਰਹਾਸ ਮਨ ਦੇ ਵਿੱਚ ਕਹਿੰਦਾ ਐ ਮਾਤਾ ਇਹ ਦੋ ਲਾਸ਼ਾਂ ਇਹ ਮੇਰਾ ਸਾਲਾ ਹੈ ਇਹ ਮੇਰਾ ਸਹੁਰਾ ਇਹਨਾਂ ਨੂੰ ਸਰਜੀਤ ਕਰ ਮਾਤਾ ਨਹੀਂ ਮੰਨੀ ਕਹਿੰਦੇ ਹਮਨ ਕੁੰਡ ਬਣਾ ਲਿਆ ਹਮਨ ਕੁੰਡ ਚੰਦਰਹਾਸ ਨੇ ਉਹਦੇ ਵਿੱਚ ਔਤੀਆਂ ਲੱਗ ਗਿਆ ਪਾਉਣ ਆਪਣੇ ਖੂਨ ਦੀ ਔਤੀ ਆਪਣੇ ਬਾਜੂਆਂ ਦੀ ਔਤੀ ਆਪਦੇ ਸਰੀਰ ਦੇ ਵਿੱਚੋਂ ਤਲਵਾਰ ਮਾਰਦਾ ਹਮਨ ਕੁੰਡ ਦੇ ਵਿੱਚ ਔਤੀ ਪਾ ਦਿੰਦਾ ਮਾਂ ਪ੍ਰਗਟ ਹੋ ਕੇ ਇਹਨਾਂ ਨੂੰ ਸਰਜੀਤ ਕਰਦੇ ਨਹੀਂ ਤਾਂ ਮੈਂ ਆਪਣੇ ਪ੍ਰਾਣ ਤਿਆਗ ਦੂੰ ਅਖੀਰ ਨੂੰ ਕਹਿੰਦੇ ਮਾਤਾ ਨੂੰ ਪ੍ਰਗਟ ਹੋਣਾ ਪਿਆ ਮਾਂ ਇਹਨਾਂ ਨੇ ਜੋ ਕੁਝ ਵੀ ਕੀਤਾ ਉਹਨੂੰ ਮਾਫ ਕਰ ਦੇ ਜੇ ਕੀਤਾ ਤਾਂ ਮੇਰੀ ਖਾਤਰ ਕੀਤਾ ਜੇ ਮਰੇ ਤਾਂ ਮੇਰੀ ਖਾਤਰ ਹੀ ਮਰ ਗਏ ਭਲਾ ਭਲਾਈ ਨਾ ਤਜੇ ਬੁਰੀ ਬੁੱਧ ਨਾ ਦੇ ਇਹਨਾਂ ਦੀ ਆਤਮਾ ਪਾਪ ਭਰੀ ਸੀ ਮੇਰੀ ਆਤਮਾ ਨਿਰਮਲ ਸੀ ਆਖਰ ਨੂੰ ਫਿਰ ਵੀ ਮੇਰੇ ਸੰਬੰਧੀ ਨੇ ਮੇਰੇ ਰਿਸ਼ਤੇਦਾਰ ਨੇ ਇਹਨਾਂ ਨੂੰ ਸਰਜੀਤ ਕਰਦੇ ਇੱਕ ਮੋੜ ਕੇ ਚੰਦਰਹਾਸ ਦੋਵੇਂ ਹੱਥ ਜੋੜ ਕੇ ਮਾਤਾ ਨੂੰ ਕਹਿੰਦੇ ਸਾਲਾ ਸਹੁਰਾ ਦੋਵੇਂ ਸਰਜੀਤ ਕਰਦੇ ਇਉਂ ਪੇਸ਼ ਹੈ ਹਾਂ ਹਿਰਦੇ ਤੇ ਆ ਕੇ ਸ਼੍ਰੀ ਭਗਵਾਨ ਜੀ ਹਿਰਦੇ ਤੇ ਆ ਕੇ ਸ਼੍ਰੀ ਭਗਵਾਨ ਜੀ ਬਹਿ ਗਿਆ ਚੰਦਰ ਹਾਸਲਾ ਤੇ ਆਣ ਜੀ ਬਹਿ ਗਿਆ ਚੰਦਰ ਹਾਸਲਾ ਤੇ ਆਣ ਜੀ ਤੇਰਾ ਨਾਮ ਲੈ ਕੇ ਲੱਖ ਪਾਪੀ ਤਾਰਦੇ ਤੇਰਾ ਨਾਮ ਲੈ ਕੇ ਲੱਖ ਪਾਪੀ ਤਾਰਦੇ ਸਾਲਾ ਸਹੁਰਾ ਮੇਰੇ ਸਰਜੀਤ ਕਰਦੇ ਸਾਲਾ ਸਹੁਰਾ ਦੋਵੇਂ ਸਰਜੀਤ ਕਰਦੇ ਅਕਬਰ ਪਰ ਮੈਂ ਮਿਟਾਇਆ ਸੀ ਅਕਬਰ ਦਾ ਤਾਂ ਪਰ ਮੈਂ ਮਿਟਾਇਆ ਸੀ ਤੈਨੂੰ ਦੇ ਤਾਂ ਮੋਏ ਘੋੜੇ ਨੂੰ ਜਮਾਇਆ ਸੀ ਤੈਨੂੰ ਦੇ ਤਾਂ ਮੋਏ ਘੋੜੇ ਨੂੰ ਜਮਾਇਆ ਸੀ ਘੋੜੇ ਵਾਂਗੂ ਇਹਨਾਂ ਚ ਵੀ ਜਾਨ ਪਾਰਦੇ ਘੋੜੇ ਵਾਂਗੂ ਇਹਨਾਂ ਚ ਵੀ ਜਾਨ ਪਾਰਦੇ ਸਾਲਾ ਸਹੁਰਾ ਦੋਵੇਂ ਸਰਜੀਤ ਕਰਦੇ ਸਾਲਾ ਸਹੁਰਾ ਦੋਵੇਂ ਸਰਜੀਤ ਕਰਦੇ ਉਹ ਤੇਰਾ ਚੰਡੀ ਰੂਪ ਜਾਦੇ ਨਾ ਸਹਾਰਿਆ ਤੇਰਾ ਚੰਡੀ ਰੂਪ ਜਾਦੇ ਨਾ ਸਹਾਰਿਆ ਪਲ ਚ ਰਗਤ ਬੀਜ ਨੂੰ ਸ਼ਿੰਗਾਰਿਆ ਪਲ ਚ ਰਗਤ ਬੀਜ ਨੂੰ ਸ਼ਿੰਗਾਰਿਆ ਕਾਲ ਮਹਾਕਾਲ ਵੀ ਪੈਰਾਂ ਚ ਵਾਰਦੇ ਕਾਲ ਮਹਾਕਾਲ ਵੀ ਪੈਰਾਂ ਚ ਤਰਦੇ ਸਾਲਾ ਸਹੁਰਾ ਮੇਰੇ ਸਰਜੀਤ ਕਰਦੇ ਸਾਲਾ ਸਹੁਰਾ ਦੋਵੇਂ ਸਰਜੀਤ ਕਰਦੇ ਉਹ ਇਹਨਾਂ ਕੋਲੋਂ ਐਸਾ ਕਿਹੜਾ ਹੋਇਆ ਪਾਪ ਮਾਂ
ਇਹਨਾਂ ਕੋਲੋਂ ਐਸਾ ਕਿਹੜਾ ਹੋਇਆ ਪਾਪ ਮਾ ਕਰ ਦੇ ਤੂੰ ਇਹਨਾਂ ਦੇ ਕਸੂਰ ਮਾਫ ਮਾ ਕਰ ਦੇ ਤੂੰ ਇਹਨਾਂ ਦੇ ਕਸੂਰ ਮਾਫ ਮਾ ਤੇਰੇ ਚਰਨਾਂ ਦੇ ਵਿੱਚ ਸੀਸ ਧਰ ਦੇ ਤੇਰੇ ਚਰਨਾਂ ਦੇ ਵਿੱਚ ਸੀਸ ਧਰ ਦੇ ਸਾਲਾ ਸਹੁਰਾ ਮੇਰੇ ਸਿਰ ਜੀਤ ਕਰ ਦੇ ਸਾਲਾ ਸਹੁਰਾ ਮੇਰੇ ਸਿਰ ਜੀਤ ਕਰ ਦੇ ਉਹ ਜੇ ਨਾ ਮੈਂ ਇਹਨਾਂ ਨੂੰ ਜੇ ਆਉਂਦਾ ਕਰਿਆ ਸਮਝੀ ਮੈਨੂੰ ਵੀ ਇਹਨਾਂ ਨਾਲ ਮਰਿਆ ਸਮਝੀ ਮੈਨੂੰ ਵੀ ਇਹਨਾਂ ਨਾਲ ਮਰਿਆ ਤੇਰੇ ਕੋਲ ਮਈਆ ਦਸ ਕਰ ਪਾਰ ਦੇ ਤੇਰੇ ਕੋਲ ਮਈਆ ਦਸ ਕਰ ਪਾਰ ਦੇ ਸਾਲਾ ਸਹੁਰਾ ਮੇਰੇ ਸਿਰ ਜੀਤ ਕਰ ਦੇ ਸਾਲਾ ਸਹੁਰਾ ਦੋਵੇਂ ਸਿਰ ਜੀਤ ਕਰ ਦੇ ਉਹ ਖੁਸ਼ ਹੋ ਗਈ ਮਾਤਾ ਦੇਖ ਕੇ ਪਿਆਰ ਜੀ ਖੁਸ਼ ਹੋ ਗਈ ਮਾਤਾ ਦੇਖ ਕੇ ਪਿਆਰ ਜੀ ਕਰਦੇ ਜੇ ਆਉਂਦੇ ਹੋ ਗਈ ਜੈ ਜੈਕਾਰ ਜੀ ਕਰਦੇ ਜੇ ਆਉਂਦੇ ਹੋ ਗਈ ਜੈ ਜੈਕਾਰ ਜੀ ਓਮ ਜੈਲ ਸੇਵਕ ਦੇ ਰੱਖੇ ਪਾਰ ਦੇ ਓਮ ਜੈਲ ਸੇਵਕ ਦੇ ਰੱਖੇ ਪਾਰ ਦੇ ਸਾਲਾ ਸਹੁਰਾ ਮੇਰੇ ਸਿਰ ਜੀਤ ਕਰ ਦੇ ਸਾਲਾ ਸਹੁਰਾ ਮੇਰੇ ਸਿਰ ਜੀਤ ਕਰ ਦੇ ਚੰਦਰ ਹਾਸ ਨੇ ਜਦੋਂ ਬੇਨਤੀਆਂ ਮਾਤਾ ਨੂੰ ਕੀਤੀਆਂ ਮਾਤਾ ਖੁਸ਼ ਹੋ ਕੇ ਪ੍ਰਗਟ ਹੋ ਗਈ ਪੁੱਤਰ ਮੰਗ ਕੀ ਮੰਗਦਾ ਮਾਂ ਮੈਂ ਇੱਕੋ ਹੀ ਮੰਗ ਮੰਗਦਾ ਤੇ ਤੂੰ ਆ ਮੇਰਾ ਸਾਲਾ ਤੇ ਸਹੁਰਾ ਇਹਨਾਂ ਦੋਨਾਂ ਦੇ ਵਿੱਚ ਜਾਨ ਪਾ ਕੇ ਇਹਨਾਂ ਨੂੰ ਸੁਰਜੀਤ ਕਰ ਦੇ ਮਾਤਾ ਕਹਿੰਦੀ ਪੁੱਤਰ ਇਹ ਤਾਂ ਤੇਰੇ ਦੁਸ਼ਮਣ ਸੀ ਮਾਂ ਕੁਝ ਵੀ ਸੀ ਜੋ ਹੋਇਆ ਉਹ ਪਿਛੋਕੜ ਹੋਇਆ ਅੱਗੇ ਦੀ ਬਾਤ ਦੱਸ ਮਾਤਾ ਨੇ ਖੁਸ਼ ਹੋ ਕੇ ਮਦਨ ਸਿੰਘ ਤੇ ਤ੍ਰਿਸ਼ਟ ਬੁੱਧੀ ਵਜ਼ੀਰ ਦੋਨਾਂ ਨੂੰ ਸੁਰਜੀਤ ਕਰਤਾ ਜਦੋਂ ਸੁਰਜੀਤ ਹੋਏ ਸਾਹਮਣੇ ਚੰਦਰਹਾਸ ਵੇਖਿਆ ਤ੍ਰਿਸ਼ਟ ਬੁੱਧੀ ਕਹਿੰਦਾ ਪੁੱਤਰ ਅੱਜ ਤੋਂ ਬਾਅਦ ਤੂੰ ਮੇਰਾ ਜਮਾਈ ਹੈ ਮੈਂ ਤੇਰੇ ਦੇ ਬੜੇ ਪਾਪ ਕਰਮ ਕੀਤੇ ਪਰ ਤੈਨੂੰ ਭਗਵਾਨ ਹਰ ਇੱਕ ਥਾਂ ਤੋਂ ਬਚਾਉਂਦਾ ਰਿਹਾ ਜਿਹਦਾ ਉਹ ਹੋ ਜੇ ਉਹਨੂੰ ਕੋਈ ਹਾਰੀ ਨਹੀਂ ਹੁੰਦੀ ਭਗਵਾਨ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀਆਂ ਤ੍ਰਿਸ਼ਟ ਬੁੱਧੀ ਕਹਿੰਦਾ ਇਸ ਰਾਜ ਦਾ ਮਾਲਕ ਤੂੰ ਹੈ ਰਾਜ ਭਾਗ ਸਾਂਭ ਇਹ ਸੀ ਸਾਡੀ ਕਥਾ ਸੋ ਸੰਗਤਾਂ ਦੇ ਜੋ ਪੇਸ਼ ਕੀਤੀ ਗਈ ਓਮ ਪ੍ਰਕਾਸ਼ ਪਟਵਾਰੀ ਪਿੰਡ ਜਿਉਣੇ ਵਾਲੇ ਮੌੜ ਜਰਨੈਲ ਸਿੰਘ ਪਿੰਡ ਢੰਡਿਆਲ ਪਾਤੜਾਂ ਦੇ ਨਜ਼ਦੀਕ ਸੇਵਕ ਰਾਮ ਮੌੜਾਂ ਇਹ ਮੇਰਾ ਲੜਕਾ ਇਹਨਾਂ ਕਹਿੰਦੇ ਹੋਏ ਸੀ ਖੇਮਾ ਦੇ ਜਾਚਕਾਂ